बेटी कौनी सीधी कर लो ये मैं दबण नहीं देना हाथ रोको जी जरा ठीक है एक कुट पानी है तुसी पी लो ठीक है ना जी एक सिप बस बस इना ही बड़ा है हूँ देखो ये पानी पी के तो कोई असर होया है कि आप ही देखना है करो जी हम दो में हाथ सीधे करो हूँ देखो ये पूरा शरीर इनका ये देखो सारा ਪੂਰਾ ਸਰੀਰ ਹੀ ਡਿੱਗ ਜੰਦਾ ਅੱਗੇ ਨੂੰ ਸਾਨੂੰ ਡੈਮੋ ਕਰਕੇ ਦਿਖਾਵਾਂਗੇ ਕਿ ਕਿਸ ਤਰੀਕੇ ਨਾਲ ਪਾਣੀ ਦੇ ਵਿੱਚ ਜਾਨ ਹੁੰਦੀ ਹੈ ਪਾਣੀ ਦੀ ਜਿਹੜੀ ਸਰਚਨਾ ਹੈ ਉਹ ਬਦਲ ਜਾਂਦੀ ਹੈ ਪਾਣੀ ਦਾ ਮੂਡ ਚੇਂਜ ਹੋ ਜਾਂਦਾ ਹੈ ਪਾਣੀ ਦੇ ਵਿੱਚ ਯਾਦ ਸ਼ਕਤੀ ਹੈ ਜੇਕਰ ਉਸ ਨੂੰ ਅਸੀਂ ਸਹੀ ਢੰਗ ਨਾਲ ਪੀਣਾ ਸਿੱਖ ਲਈਏ ਤਾਂ ਇਹ ਸਾਡੀ ਉਮਰ ਕਈ ਸਾਲ ਵਧਾ ਸਕਦੀ ਹੈ ਲਓ ਜੈਨਾ ਬੇਟੀ ਅਭੀ ਇਹ ਤਾਂਬੇ ਵਾਲਾ ਪਾਣੀ ਪੀ ਲਓ ਜੋ ਡਾਕਟਰ ਖਾਦਰ ਵਲੀ ਕੇ ਅਨੁਸਾਰ ਉਹਨਾਂ ਦੇ ਹਿਸਾਬ ਨਾਲ ਇਹ ਪਾਣੀ ਹੁਣ ਸਟ੍ਰਕਚਰਡ ਵਾਟਰ ਬਣ ਗਿਆ ਹੈ ਸਟਰਕਚਰਡ ਵਾਟਰ ਪੀ ਕੇ ਕੀ ਹੁੰਦਾ ਦੇਖ ਲੈਣੇ ਜਿਹੜੇ ਸਟੀਲ ਦੇ ਬਰਤਨ ਨੇ ਕੱਚ ਦੇ ਬਰਤਨ ਨੇ ਜਿਨ੍ਹਾਂ ਦੇ ਵਿੱਚ ਅਸੀਂ ਪਾਣੀ ਪੀਂਨੇ ਆ ਉਹਨਾਂ ਦੇ ਉੱਤੇ ਵੀ ਅੱਜ ਬਹੁਤ ਸਾਰੇ ਰਾਜ਼ ਨੇ ਜਿਹੜੇ ਉਹ ਵੈਦ ਰਾਜੇਸ਼ ਕਪੂਰ ਜੀ ਜਿਹੜੇ ਖੋਲਣ ਵਾਲੇ ਨੇ ਨਹੀਂ ਤਾਕਤ ਕਿੰਨੀ ਵਧੀ ਹੈ ਇਸ ਪਾਣੀ ਨਾਲ ਇਹ ਵੇਖੋ ਕੀ ਪਰਕਤਾ ਹੈ ਪਾਣੀ ਵਾਲੀ ਟੈਂਕੀ ਦੇ ਵਿੱਚ ਪਾਣੀ ਅਸੀਂ ਸਟੋਰ ਕਰਕੇ ਰੱਖਦੇ ਆ ਤਾਂ ਬਿਲਕੁਲ ਉਹਦਾ ਮੂਡ ਹੀ ਖਰਾਬ ਹੋ ਜਾਂਦਾ ਪਾਣੀ ਦਾ ਮੂਡ ਖਰਾਬ ਹੋ ਜਾਂਦਾ ਜਿਹੜਾ ਪਾਣੀ ਤੁਸੀਂ ਪਲਾਸਟਿਕ ਟੈਂਕੀ ਚ ਪਾਇਆ ਉਹਦਾ ਸਟਰਕਚਰ ਬਿਲਕੁਲ ਚੇਂਜ ਹੋ ਗਿਆ ਹੈ ਨਾ ਸਾਰੇ ਜਿਹੜੇ ਬਾਲਸ ਸਾਰੇ ਪਾਸੇ ਇਸ ਤਰ੍ਹਾਂ ਸਰਕਲ ਬਣਿਆ ਹੋਇਆ ਸੀ ਟੁੱਟ ਗਈ ਤੇ ਉਹ ਪਾਣੀ ਪੀਣ ਨਾਲ એનર્ਜੀ ਆਏਗੀ ਨਹੀਂ ਜਾਏਗੀ ਹਾਰਟ ਫੇਲ ਹੋ ਜਾਂਦਾ ਹੈ ਬਲੈਡਰ ਦਾ ਕੈਂਸਰ ਹੁੰਦਾ ਹੈ ਯੂਰਿਨ ਬਲੈਡਰ ਦਾ ਕੈਂਸਰ ਹੁੰਦਾ ਹੈ ਗਾਲ ਬਲੈਡਰ ਦਾ ਕੈਂਸਰ ਹੁੰਦਾ ਹੈ ਅਤੜੀਆਂ ਗਲ ਜਾਂਦੀ ਹੈ ਔਰ ਇਹ ਬਲੀਚ ਕਰੋ ਨਾਲ ਤੇ ਤੁਹਾਡੇ ਕਪੜੇ ਦਾ ਰੰਗ ਨਿਕਲ ਜਾਂਦਾ ਹੈ ਉਹ ਤੁਹਾਡੇ ਗੱਟ ਬੈਕਟੀਰੀਆ ਜਿਹੜਾ ਖਾਣਾ ਪਚਾਉਂਦਾ ਉਹ ਬੈਕਟੀਰੀਆ ਸਾਰੇ ਮਰ ਜਾਂਦੇ ਆ ਜਿੰਦਗੀ ਪਰ ਤੁਹਾਨੂੰ ਖਾਣਾ ਨਹੀਂ ਪਚਦਾ ਤੁਸੀਂ ਚਾਵਲ ਬਿਨਾ ਪਾਲਿਸ਼ ਦਾ ਲੈ ਲਓ ਲੈ ਕੇ ਤੁਹਾਡਾ ਲੀਵਰ ਖਰਾਬ ਹੈ ਪੰਜ ਸਤ ਦਾਣੇ ਟੁੱਟੇ ਹੋਏ ਨਾ ਹੋਣ ਸਾਬੂਤ ਦਾਣੇ ਲਓ ਹਥੇਲੀ ਦੇ ਉੱਪਰ ਰੱਖੋ ਪਿਆਰ ਨਾਲ ਦੇਖੋ ਤੇ ਸਾਬਤ ਲਗਾ ਦਿਓ ਪਾਣੀ ਨਾਲ ਤਿੰਨ ਚਾਰ ਦਿਨ ਚਾਵਲ ਖਾਓ ਤੁਸੀਂ ਸਾਬੂਤ ਦਾਣੇ ਬੇਟੇ ਤੁਸੀਂ ਦੋ ਕਾਗਜ਼ਾਂ ਦੇ ਉੱਪਰ ਲਿਖੋ ਆਪ ਬਹੁਤ ਅੱਛੇ ਹੈਂ ਆਪ ਬਹੁਤ ਬੁਰੇ ਹੈਂ ਲਿਖ ਕੇ ਪਾਣੀ ਦੇ ਗਲਾਸ ਦੇ ਹੇਠਾਂ ਰੱਖ ਦਿਓ ਦੇਖੋ ਇਹ ਉਹ ਗਲਾਸ ਹੈ ਜਿਹਦੇ ਉੱਤੇ ਅਸੀਂ ਲਿਖਿਆ ਸੀ ਕਿ ਪਾਣੀ ਬਹੁਤ ਮਾੜਾ ਹੈ ਐਨੇ ਭਰੋਸੇ ਦੇ ਕਾਬਿਲ ਨਹੀਂ ਹੈ ਬ੍ਰੇਨ ਇਹ ਬਾਡੀ ਸਿਸਟਮ ਬੜਾ ਇੰਟੈਲੀਜੈਂਟ ਹੈ ਬ੍ਰੇਨ ਤੋਂ ਜ਼ਿਆਦਾ ਕੰਮ ਕਰਦਾ ਹੈ ਹੁਣ ਦੇਖੋ ਜੀ ਇਹ ਕੀ ਅਸਰ ਹੋਇਆ ਹੈ ਵੇਟੋ ਦੇਖੋ ਤੁਹਾਡੀ ਤਾਕਤ ਬਈ ਇੱਕ ਉਂਗਲ ਨਾਲ ਦੱਬਣ ਲੱਗਾ ਇਹ ਦੇਖੋ ਇਹ ਇੱਕ ਉਂਗਲ ਨਾਲ ਦੱਬਿਆ ਜੀ ਮੈਂ ਰਿਸ਼ੀ ਮੂਨੀਆਂ ਨੇ ਸਾਡੇ ਪੀਰਾ ਫਕੀਰਾਂ ਨੇ ਕਿਹਾ ਕਿ ਕੁਝ ਵੀ ਖਾਣ ਪੀਣ ਤੋਂ ਪਹਿਲਾਂ ਰੱਬ ਦਾ ਨਾਮ ਲਵੋ ਇਹੀ ਗੱਲ ਹੈ ਉਹ ਹੀ ਮਤਲਬ ਹੈ ਬਿਲਕੁਲ ਉਹੀ ਮਤਲਬ ਹੈ ਮੇਰੇ ਤੇ ਗਲਤੀ ਹੋਈ ਤੁਸੀਂ ਬਹੁਤ ਅੱਛੇ ਹੋ ਤੁਸੀਂ ਪਾਣੀ ਨੂੰ ਬੁਰਾ ਕਹਿ ਕੇ ਪੀ ਲੋਗੇ ਰੋਟੀ ਨੂੰ ਮਾੜਾ ਕਹਿ ਕੇ ਖਾਓਗੇ ਉਹ ਤੁਹਾਨੂੰ ਨੁਕਸਾਨ ਕਰੂ ਜੀ ਜੇ ਤੁਸੀਂ ਉਹਦੀ ਤਾਰੀਫ ਕਰਕੇ ਖਾਓਗੇ ਚੰਗੀ ਬਣੀ ਨਹੀਂ ਬਣੀ ਉਹ ਤੁਹਾਨੂੰ ਤਾਕਤ ਦੇਗੀ ਮੰਨਣ ਦੀ ਲੋੜ ਕੋਈ ਨਹੀਂ ਅਜਮਾਓ ਪਰਖੋ ਸਾਬਿਤ ਹੋ ਜਾਏ ਤਾਂ ਮੰਨੋ ਜੇ ਮੰਨ ਸਾਡੇ ਕੋਈ ਕਾਨੂੰਨ ਹੈ ਮੰਨਣਾ ਪੈਣਾ ਕੋਈ ਕਾਨੂੰਨ ਨਹੀਂ ਹੈਗਾ ਪਰ ਵਿਚਾਰ ਜ਼ਰੂਰ ਕਰਿਓ ਅਸੀਂ ਇਸ ਤਰ੍ਹਾਂ ਦਾ ਕਿਹੜਾ ਫਾਰਮੂਲਾ ਯੂਜ਼ ਕਰੀਏ ਕਿ ਪਾਣੀ ਸਾਡੀ ਉਮਰ ਵਧਾ ਦੇਵੇ ਪਾਣੀ ਸਾਡੀਆਂ ਬਿਮਾਰੀਆਂ ਖਤਮ ਕਰ ਦੇਵੇ ਵਧੀਆ ਸਵਾਲ ਹੈ ਤੇ ਫਾਰੂਕ ਜੀ ਤੇ ਸਾਡਾ ਜਿਹੜੇ ਪੂਰੀ ਟੀਮ ਦਾ ਪਰਪਸ ਕੀ ਹੈ ਅਸੀਂ ਤੁਹਾਨੂੰ ਇਹ ਸਾਰੇ ਮਿਰਕਲ ਦਿਖਾਉਣ ਲਈ ਕੰਮ ਨਹੀਂ ਕਰ ਰਹੇ ਆ ਅਸੀਂ ਤੁਹਾਨੂੰ ਉਹ ਟੈਕਨੀਕ ਸਿਖਾ ਰਹੇ ਆ ਜਿਸ ਟੈਕਨੀਕ ਨਾਲ ਤੁਸੀਂ ਇਹ ਜਾਣ ਲਓ ਜਾਂਚ ਕਰ ਲਓ ਤੁਹਾਡੇ ਲਈ ਕੀ ਚੰਗਾ ਹੈ ਤੁਹਾਡੇ ਲਈ ਕੀ ਬੁਰਾ ਹੈ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖਦੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਕਾਸਿਫ ਫਾਰੂਕੀ ਪਿਛਲੇ ਦਿਨੀ ਅਸੀਂ ਤੁਹਾਨੂੰ ਮੋਰ ਦੇ ਖੰਭ ਨਾਲ ਅਤੇ ਦਰਖਤ ਦੇ ਟੋਟੇ ਨਾਲ ਇਲਾਜ ਕਰਨ ਵਾਲੇ ਵੈਦ ਪਹਾੜੀ ਵੈਦ ਰਾਜੇਸ਼ ਕਪੂਰ ਹੋੜਾ ਦੀ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਸੀ ਜਿਹੜੀ ਬਹੁਤ ਜ਼ਿਆਦਾ ਤੁਸੀਂ ਮਕਬੂਲ ਕੀਤੀ ਹੈ ਲੋਕਾਂ ਦੀ ਡਿਮਾਂਡ ਤੋਂ ਬਾਅਦ ਲੋਕਾਂ ਦੀ ਮੰਗ ਤੋਂ ਬਾਅਦ ਅੱਜ ਇੱਕ ਵਾਰ ਫੇਰ ਅਸੀਂ ਜਿਹੜੇ ਉਹੀ ਜਿਹੜੇ ਪਹਾੜੀ ਵੈਦ ਰਾਜੇਸ਼ ਕਪੂਰ ਹੋੜਾ ਕੋਲ ਪਹੁੰਚੇ ਆ ਤੇ ਅੱਜ ਲੋਕਾਂ ਨੇ ਜੋ ਕੁਝ ਸਾਡੇ ਕੋਲੋਂ ਸਵਾਲ ਕੀਤੇ ਪਿਛਲੀ ਵੀਡੀਓ ਦੇ ਵਿੱਚ ਜੋ ਸਾਨੂੰ ਫੋਨ ਕਾਲਸ ਆਏ ਉਸ ਨੂੰ ਮੱਦੇਨਜ਼ਰ ਰੱਖਦੇ ਆ ਅੱਜ ਪਾਣੀ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਕਿ ਪਾਣੀ ਅਸੀਂ ਕਹਿ ਦਿੰਨੇ ਆ ਕਿ ਅੰਮ੍ਰਿਤ ਹੈ ਪਰ ਪਾਣੀ ਅੰਮ੍ਰਿਤ ਕਿਵੇਂ ਹੈ ਗੁਰਬਾਣੀ ਦੇ ਵਿੱਚ ਵੀ ਜ਼ਿਕਰ ਆਉਂਦਾ ਹੈ ਸੋ ਇੰਨੀ ਪਵਿੱਤਰ ਇੰਨੀ ਪਵਿੱਤਰ ਚੀਜ਼ ਕੋਈ ਸੋਚ ਨਹੀਂ ਸਕਦਾ ਕਿ ਪਾਣੀ ਨਾਲ ਅਸੀਂ ਬਿਮਾਰ ਵੀ ਹੋ ਸਕਦੇ ਹਾਂ ਜਦੋਂ ਕਿ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਉਸ ਨੂੰ ਅੰਮ੍ਰਿਤ ਕਿਹਾ ਗਿਆ ਹੈ ਬਹੁਤ ਸਾਰੇ ਗੱਲਾਂ ਅਜਹੀਆਂ ਹੈਗੀਆਂ ਹੈਗੀਆਂ ਪਾਣੀ ਨਾਲ ਜੁੜੀਆਂ ਹੋਈਆਂ ਜਿਸ ਦੇ ਉੱਤੋਂ ਅੱਜ ਪਰਦੇ ਨੇ ਜਿਹੜੇ ਉਹ ਚੱਕੇ ਜਾਣੇ ਨੇ ਖਾਲੀ ਪਾਣੀ ਦੇ ਉੱਤੇ ਪਰਦੇ ਨਹੀਂ ਚੱਕੇ ਜਾਣੇ ਸਗੋਂ ਇਹ ਜਿਹੜੇ ਸਟੀਲ ਦੇ ਬਰਤਨ ਨੇ ਕੱਚ ਦੇ ਬਰਤਨ ਨੇ ਜਿਨ੍ਹਾਂ ਦੇ ਵਿੱਚ ਅਸੀਂ ਪਾਣੀ ਪੀਂਨੇ ਆ ਉਹਨਾਂ ਦੇ ਉੱਤੇ ਵੀ ਅੱਜ ਬਹੁਤ ਸਾਰੇ ਰਾਜ਼ ਨੇ ਜਿਹੜੇ ਉਹ ਵੈਦ ਰਾਜੇਸ਼ ਕਪੂਰ ਜੀ ਜਿਹੜੇ ਖੋਲਣ ਵਾਲੇ ਨੇ ਅੱਜ ਪਾਣੀ ਦੀ એનર્ਜੀ ਇਹਨਾਂ ਦਾ ਕਹਿਣਾ ਹੈ ਕਿ ਪਾਣੀ ਦੇ ਵਿੱਚ ਆਪਣੇ ਆਪ ਦੇ ਵਿੱਚ એનર્ਜੀ ਹੁੰਦੀ ਹੈ ਪਾਣੀ ਦੇ ਵਿੱਚ ਆਪਣੇ ਆਪ ਦੇ ਵਿੱਚ ਯਾਦ ਸ਼ਕਤੀ ਹੁੰਦੀ ਹੈ ਬਹੁਤ ਵੱਡੀ ਖੋਜ ਹੈਗੀ ਇਹਨਾਂ ਦੀ ਪਾਣੀ ਦੇ ਉੱਤੇ ਪਾਣੀ ਕਿਸ ਤਰੀਕੇ ਨਾਲ ਪੀਣਾ ਚਾਹੀਦਾ ਹੈ ਕਿਸ ਤਰੀਕੇ ਨਾਲ ਅਸੀਂ ਪਾਣੀ ਪੀਏ ਤੇ ਸਾਡੀ ਉਮਰ ਵਧ ਜੇ ਕਿਸ ਤਰੀਕੇ ਨਾਲ ਅਸੀਂ ਪਾਣੀ ਪੀਨੇ ਤੇ ਸਾਨੂੰ ਬਿਮਾਰੀਆਂ ਆ ਪਕੜਦੀਆਂ ਨੇ ਇਦਾਂ ਦੇ ਸਵਾਲ ਜਿਹੜੇ ਸਾਡੇ ਕੋਲ ਆਏ ਨੇ ਉਹਨਾਂ ਦਾ ਅਸੀਂ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਇੱਕ ਵਾਰ ਸਵਾਗਤ ਕਰ ਲੈਂਦੇ ਆ ਵੈਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਮੈਨੂੰ ਬੜੀ ਖੁਸ਼ੀ ਹੈ ਜੀ ਅਸੀਂ ਫੇਰ ਮਿਲ ਰਹੇ ਹਾਂ ਤੇ ਤੁਹਾਡਾ ਜਿਹੜਾ ਤੁਸੀਂ ਮੇਰਾ ਬਣਾਇਆ ਸੀ ਵੀਡੀਓ ਲੋਕਾਂ ਨੇ ਬੜਾ ਪਸੰਦ ਕੀਤਾ ਹੈ ਮੈਨੂੰ ਬੜੀ ਖੁਸ਼ੀ ਹੈ ਤੇ ਉਸ ਤੋਂ ਫਿਰ ਅੱਗੇ ਵਧਾਂਗੇ ਹੋਰ ਵੀ ਜੋ ਅਸੀਂ ਜਾਣਦੇ ਹਾਂ ਉਹ ਤੁਹਾਨੂੰ ਦੱਸਾਂਗੇ ਲੋਕਾਂ ਦੀ ਪਹਲਾਈ ਲਈ ਕਰਾਂਗੇ ਕੰਮ ਜੀ 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 ਸੋ ਵੈਜੀ ਮੇਰਾ ਸਭ ਤੋਂ ਪਹਿਲਾ ਸਵਾਲ ਤੁਹਾਨੂੰ ਇਹੋ ਹੈ ਕਿ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਗੰਗਾ ਯਮੁਨਾ ਦਾ ਜ਼ਿਕਰ ਹੁੰਦਾ ਹੈ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਪਾਣੀ ਨੂੰ ਅੰਮ੍ਰਿਤ ਕਿਹਾ ਗਿਆ ਹੈ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਆਵੇ ਜਮਜਮ ਦਾ ਜਿਹੜਾ ਜ਼ਿਕਰ ਆਉਂਦਾ ਹੈ ਪਵਿੱਤਰ ਪਰ ਅਜੋਕੇ ਵੇਲੇ ਹਾਲਾਤ ਇਹ ਨੇ ਕਿ ਪਾਣੀ ਪੀਣ ਤੋਂ ਬਾਅਦ ਲੋਕ ਬਿਮਾਰ ਹੋ ਰਹੇ ਨੇ ਹੋਰ ਤਾਂ ਹੋਰ ਬਿਮਾਰੀ ਤੋਂ ਅੱਗੇ ਉਹਨਾਂ ਦੀ ਮੌਤਾਂ ਵੀ ਹੋ ਰਹੀਆਂ ਨੇ ਤੇ ਪਾਣੀ ਤਾਂ ਅੰਮ੍ਰਿਤ ਸੀ ਤੇ ਫਿਰ ਇਹ ਕਿੱਧਰਲੇ ਪਾਸੇ ਨੂੰ ਹੋ ਤੁਰਿਆ ਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ ਇਹ ਪਾਣੀ ਤੇ ਸਾਡੀ ਜਿਹੜਾ ਲਾਈਫ ਹੈ ਜੀਵਨ ਇਹ ਪਾਣੀ ਦੇ ਉੱਤੇ ਹੈਗਾ ਹੈ ਨਾ ਜਿਸ ਪਲੈਨਟ ਦੇ ਉੱਤੇ ਪਾਣੀ ਨਹੀਂ ਹੁੰਦਾ ਲਾਈਫ ਨਹੀਂ ਹੁੰਦੀ ਉੱਥੇ ਸਾਡੇ ਸਰੀਰ ਚ ਤੁਸੀਂ ਦੇਖੋ 69 70% ਪਾਣੀ ਹੀ ਤੇ ਹੈਗਾ ਹੈ ਨਾ ਤੇ ਸਾਨੂੰ ਪਾਣੀ ਚੰਗਾ ਨਾ ਮਿਲਿਆ ਤੇ ਸਾਡੇ ਫਿਰ ਜੀਣ ਦਾ ਤੇ ਕੋਈ ਰਾਹ ਨਹੀਂ ਹੈਗੀ ਤੇ ਉਹ ਪਾਣੀ ਦੀ ਕੁਆਲਿਟੀ ਅਰ ਠੀਕ ਨਹੀਂ ਹੋਏਗੀ ਤੇ ਆਪਾਂ ਠੀਕ ਨਹੀਂ ਰਹਿ ਸਕਦੇ ਤਾਂ ਉਹ ਤਿੰਨ ਚੀਜ਼ਾਂ ਦੀ ਜ਼ਰੂਰਤ ਮੇਨ ਹੁੰਦੀ ਹੈ ਪਹਿਲੀ ਗੱਲ ਸਾਨੂੰ ਹਵਾ ਬਹੁਤ ਵਧੀਆ ਚਾਹੀਦੀ ਹੈ ਹਵਾ ਦੀ ਕੁਆਲਿਟੀ ਅਸੀਂ ਆਪਣੇ ਕਰਮਾਂ ਨਾਲ ਵਿਗਾੜਦੀ ਹੈ ਪਾਣੀ ਇਸੇ ਆਪਣੇ ਕਰਮਾਂ ਨਾਲ ਵਿਗਾੜਦਾ ਹੈ ਅੱਜ ਪਾਣੀ ਦੀ ਗੱਲ ਕਰਾਂਗੇ ਹਵਾ ਦੇ ਫਿਰ ਕਦੇ ਕਰਾਂਗੇ ਤੀਜੀ ਚੀਜ਼ ਹੈ ਖਾਣਾ ਉਹ ਖਾਣੇ ਤੇ ਵੀ ਫਿਰ ਅੱਪਾਂ ਗੱਲ ਕਰਾਂਗੇ ਤੁਹਾਡੀ ਮਦਦ ਨਾਲ ਫਿਰ ਅੱਗੇ ਇਹਦੇ ਤੇ ਗੱਲ ਕਰਾਂਗੇ ਅੱਜ ਅੱਪਾਂ ਗੱਲ ਕਰਾਂਗੇ ਸਿਰ ਪਾਣੀ ਦੇ ਉੱਪਰ ਪਾਣੀ ਦੀ ਕੁਆਲਿਟੀ ਕਿਦਾਂ ਖਰਾਬ ਹੋ ਗਈ ਹੈ ਕਿ ਇਸ ਨੂੰ ਅਸੀਂ ਠੀਕ ਕਰ ਸਕਨੇ ਆ ਇਹ ਦੋ ਗੱਲਾਂ ਅਸੀਂ ਇਸ ਵਾਰ ਫੜਾਂਗੇ ਜੀ ਜੀ ਤੁਸੀਂ ਕਹੋ ਤੁਸੀਂ ਅੱਗੇ ਇਸ ਨੂੰ ਗੱਲ ਨੂੰ ਵਧਾਈਏ ਫਿਰ ਆਪਾਂ ਜੀ ਜੀ ਬਿਲਕੁਲ ਬਿਲਕੁਲ ਤੇ ਐਸਾ ਹੈਗਾ ਹੈ ਜੀ ਕਿ ਪਾਣੀ ਜਿਹੜਾ ਹੈ ਇਹ ਜਿਹੜਾ ਨੇਚਰ ਤੋਂ ਪਾਣੀ ਆਂਦਾ ਹੈ ਉਹ ਸਟ੍ਰਕਚਰਡ ਵਾਟਰ ਹੁੰਦਾ ਹੈ ਇਹਦੇ ਤੇ ਇੱਕ ਬਹੁਤ ਅੱਛੇ ਜਿਹੜੇ ਤੁਹਾਡੇ ਵਿਦਵਾਨ ਹੈਗੇ ਹਿੰਦੁਸਤਾਨ ਦੇ ਡਾਕਟਰ ਖਾਦੀਰ ਵਲੀ ਮਹਾਰਾਸ਼ਟਰ ਦੇ ਹੈਗੇ ਨੇ ਉਹਨਾਂ ਨੇ ਇਹਦੇ ਉੱਪਰ ਕੰਮ ਕੀਤਾ ਹੈ ਕਿ ਪਾਣੀ ਜਿਹੜਾ ਜੇ ਸਟ੍ਰਕਚਰ ਹੁੰਦਾ ਹੈ ਵਾਟਰ ਉਹਦੇ ਸਨਰਚਨਾ ਜਿਹਦੀ ਠੀਕ ਹੁੰਦੀ ਏ ਉਹ ਪਾਣੀ ਸਾਨੂੰ ਲਾਈਫ ਦਿੰਦਾ ਹੈ એનર્ਜੀ ਦਿੰਦਾ ਹੈ ਤੇ ਜਿਹੜਾ ਪਾਣੀ ਅਸੀਂ ਪਲਾਸਟਿਕ ਦੀ ਟੰਕੀ ਚ ਪਾਤਾ ਨੈਲੋ ਉਹਦੇ ਚ ਪਾਤਾ ਆਪਣੇ ਐਲੂਮੀਨੀਅਮ ਚ ਪਾਤਾ ਸਟੀਲ ਚ ਪਾਤਾ ਉਹ ਪਾਣੀ ਇਕਦਮ ਡੀਸਟਰਕਚਰਡ ਹੋ ਜਾਂਦਾ ਹੈ ਮਤਲਬ ਟੈਂਕੀਆਂ ਤਾਂ ਜੀ ਸਾਡੇ ਘਰ ਘਰ ਦੇ ਵਿੱਚ ਨੇ ਉਹੀ ਪਲਾਸਟਿਕ ਦੀਆਂ ਟੈਂਕੀਆਂ ਤਾਂ ਮੈਨੂੰ ਲੱਗਦਾ ਜੇਕਰ ਪੂਰੇ ਪੰਜਾਬ ਦੇ ਵਿੱਚ ਕੋਈ ਘਰ ਅਜੀਹਾ ਸ਼ਾਇਦ ਵਿਰਲਾ-ਵਿਰਲਾ ਕੋਈ ਘਰ ਹੋਵੇ ਜਿੱਥੇ ਪਲਾਸਟਿਕ ਦੀ ਟੈਂਕੀ ਨਾ ਹੋਵੇ ਪਰ ਤੁਸੀਂ ਕਹਿ ਰਹੇ ਹੋ ਕਿ ਪਾਣੀ ਵਾਲੀ ਟੈਂਕੀ ਦੇ ਵਿੱਚ ਪਾਣੀ ਅਸੀਂ ਸਟੋਰ ਕਰਕੇ ਰੱਖਦੇ ਆ ਤਾਂ ਬਿਲਕੁਲ ਉਹਦਾ ਮੂਡ ਹੀ ਖਰਾਬ ਹੋ ਜਾਂਦਾ ਪਾਣੀ ਦਾ ਮੂਡ ਖਰਾਬ ਹੋ ਜਾਂਦਾ ਪਾਣੀ ਦਾ ਮੂਡ ਕਹਿ ਲਓ ਜੀ ਤੁਹਾਡੀ ਮੂਡ ਵੀ ਗੱਲ ਠੀਕ ਹੈ ਕਿਉਂਕਿ ਪਾਣੀ ਕੋਲ ਕਹਿੰਦੀ ਮੈਮੋਰੀ ਹੈਗੀ ਹੈ ਇਹਦੇ ਕੋਲ ਇੰਟੈਲੀਜੈਂਸ ਹੈ ਇੰਟੈਲੈਕਟ ਹੈਗਾ ਅੱਜ ਇਹ ਸਾਬਿਤ ਕਰਕੇ ਦੱਸਾਂਗੇ ਸਾਇੰਸ ਨੇ ਵੀ ਇਹਦੇ ਉੱਤੇ ਕੰਮ ਕੀਤਾ ਹੈ ਤੁਸੀਂ ਦੇਖੋ ਮੇਰੇ ਕੋਲ ਪਾਣੀ ਦੀ ਬੋਤਲ ਹੈਗੀ ਹੈ ਠੀਕ ਹੈ ਤੇ ਡਾਕਟਰ ਖਾਦਰਵਾਲੀ ਦੀ ਰਿਸਰਚ ਇਹ ਹੈ ਕਿ ਤਾਂਬੇ ਵਿੱਚ ਰੱਖਿਆ ਹੋਇਆ ਪਾਣੀ ਡੀ ਸਟਰਕਚਰਡ ਵਾਟਰ 75 ਘੰਟੇ ਚ ਸਟਰਕਚਰਡ ਵਾਟਰ ਬਣ ਜਾਂਦਾ ਹੈ ਉਹਦੇ 'ਚ એનર્ਜੀ ਵਾਪਸ ਆ ਜਾਂਦੀ ਏ ਉਹ ਪਾਣੀ ਤੁਸੀਂ ਪੀਓਗੇ ਤਾਂ ਉਹ ਤੁਹਾਨੂੰ ਲਾਈਫ ਆ ਜਾਏਗੀ ਉਸੇ ਲਾਈਫ ਵਾਲਾ ਪਾਣੀ ਥੋੜਾ ਜਿਹਾ ਦੇਖੋ ਪਲਾਸਟਿਕ 'ਚ ਪਾਲਿਆ ਤੁਸੀਂ ਇਹ ਪਾਲਿਆ ਤੁਸੀਂ ਪਾਣੀ ਅਸੀਂ ਬੋਤਲ ਚੰਗੀ ਤਰ੍ਹਾਂ ਸਾਫ਼ ਕੀਤੀ ਹੋਈ ਐ ਇਹਨਾਂ ਦੀ ਅਸੀਂ ਮਦਦ ਲੈ ਲਈਏ ਕੁਛ ਜੀ ਜੀ ਆਪ ਬੇਟੇ ہماری ਮਦਦ karenge ਜਰਾ ਇੱਥੇ ਆ ਜਾਓ ਤੁਸੀਂ ਪੰਜਾਬੀ ਤੁਸੀਂ ਸਮਝ ਲੈਂਦੇ ਹੋ ਨਾ ਚੰਗੀ ਤਰ੍ਹਾਂ ਉਹ ਮੂੜਾ ਇੱਥੇ ਰੱਖ ਲਓ ਵਿਚਕਾਰ ਸਾਡੇ ਸਾਡੇ ਨਾਲ ਇੱਥੇ ਸਾਡਾ ਜਿਹੜਾ ਸਹਿਯੋਗ ਹੈਗਾ ਜਿਹੜਾ ਐਕਸਪੈਰੀਮੈਂਟ ਅਸੀਂ ਕਰਨਾ ਹੈ ਰਚਨਾ ਜੀ ਨੇ ਜਿਹੜੇ ਕੁਦਰਤ ਦੇ ਬੜੇ ਨੇੜੇ ਨੇ ਹਰ ਇੱਕ ਚੀਜ਼ ਨੂੰ ਸਮਝਦੇ ਨੇ ਵਾਚਦੇ ਨੇ ਅੱਜ ਅਸੀਂ ਉਹਨਾਂ ਦੀ ਸਹਾਇਤਾ ਨਾਲ ਜਿਹੜੇ ਮੋਰ ਦਾ ਖੰਭ ਜਿਸ ਤਰੀਕੇ ਨਾਲ ਅਸੀਂ ਪਿਛਲੀ ਵਾਰ ਔਰ ਲੱਕੜ ਦੇ ਟੋਟੇ ਨਾਲ ਅਸੀਂ ਐਕਸਪੈਰੀਮੈਂਟ ਕਰਕੇ ਦਿਖਾਏ ਸੀ ਕਿ ਕਿੰਨਾ ਪਾਵਰਫੁਲ ਜਿਹੜਾ ਸਾਡੀ ਕੁਦਰਤ ਹੈਗੀ ਹੈ ਅੱਜ ਸੇਮ ਉਸੇ ਤਰ੍ਹਾਂ ਅਸੀਂ ਤੁਹਾਨੂੰ ਡੈਮੋ ਕਰਕੇ ਦਿਖਾਵਾਂਗੇ ਕਿ ਕਿਸ ਤਰੀਕੇ ਨਾਲ ਪਾਣੀ ਦੇ ਵਿੱਚ ਜਾਨ ਹੁੰਦੀ ਹੈ ਪਾਣੀ ਦੀ ਜਿਹੜੀ ਸਰਚਨਾ ਹੈ ਉਹ ਬਦਲ ਜਾਂਦੀ ਹੈ ਪਾਣੀ ਦਾ ਮੂਡ ਚੇਂਜ ਹੋ ਜਾਂਦਾ ਹੈ ਪਾਣੀ ਦੇ ਵਿੱਚ ਯਾਦ ਸ਼ਕਤੀ ਹੈ ਜੇਕਰ ਉਸ ਨੂੰ ਅਸੀਂ ਸਹੀ ਢੰਗ ਨਾਲ ਪੀਣਾ ਸਿੱਖ ਲਈਏ ਤਾਂ ਇਹ ਸਾਡੀ ਉਮਰ ਕਈ ਸਾਲ ਵਦਾ ਸਕਦੀ ਹੈ ਸੋ ਅਸੀਂ ਗੱਲਬਾਤ ਅੱਜ ਕਰਾਂਗੇ ਸਾਡੇ ਨਾਲ ਨੇ ਜਿਨ੍ਹਾਂ ਦੀ ਸਹਾਇਤਾ ਨਾਲ ਅਸੀਂ ਅੱਜ ਇੱਥੇ ਸਾਰੇ ਐਕਸਪੈਰੀਮੈਂਟ ਨੂੰ ਅੰਜਾਮ ਦੇਣਾ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਸ ਤਰੀਕੇ ਨਾਲ ਵੈ ਜੀ ਇਹਨਾਂ ਦੇ ਉੱਤੇ ਐਕਸਪੈਰੀਮੈਂਟ ਤੁਸੀਂ ਕਰਨਾ ਹੈ ਅੱਜ ਕੀ ਐਕਸਪੈਰੀਮੈਂਟ ਕਰਨਾ ਹੈ ਦੇਖੋ ਜੀ ਇਹ ਜਿਹੜਾ ਪਾਣੀ ਹੈ ਇਹ ਪਾਣੀ ਤਾਂਬੇ ਦੇ ਬਰਤਨ ਚ ਪੀਆ ਹੈ ਡਾਕਟਰ ਖਾਦਰ ਬਲੀ ਦੇ ਹਿਸਾਬ ਨਾਲ ਇਹ ਪਾਣੀ ਸਟ੍ਰਕਚਰਡ ਵਾਟਰ ਯਾਨੀ એનર્ਜੀ ਵਾਲਾ ਹੋ ਗਿਆ ਇਹ ਪਾਣੀ ਪੀ ਕੇ ਕੀ ਹੁੰਦਾ ਹੈ ਇਸ ਵੀ ਬੱਚ ਦੇਖਾਂਗੇ ਇਹ ਜਿਹੜਾ ਸਟਰਕਚਰਡ ਵਾਟਰ ਹੈ ਹਾਈਪੋਥੈਸਿਸ ਮੰਨ ਲਓ ਇਹ ਪਾਣੀ ਇਸੀ ਪਲਾਸਟਿਕ ਚ ਪਾਤਾ ਹੁਣ ਆਪਾਂ ਦੇਖਨੇ ਆ ਨੇ ਤੇ ਸਰੀਰ ਤੇ ਕੀ ਅਸਰ ਹੋਇਆ ਪਲਾਸਟਿਕ ਵਾਲੇ ਪਾਣੀ ਦਾ ਪਾਸਿ ਵਾਲੇ ਪਾਣੀ ਦਾ ਇਹ ਗੱਲ ਹੋਰ ਤੁਸੀਂ ਮੈਂ ਕਹਿਣਾ ਚਾਹਨਾ ਪਿਛਲੇ ਵੀਡੀਓ ਨੂੰ ਦੇਖ ਕੇ ਬਹੁਤ ਲੋਕਾਂ ਨੇ ਬੜੀ ਤਾਰੀਫਾਂ ਕੀਤੀ ਹੈ ਤੁਹਾਨੂੰ ਵੀ ਫੋਨ ਆ ਰਹੇ 18 20 ਲੱਖ ਲੋਕਾਂ ਨੇ ਉਸ ਨੂੰ ਦੇਖ ਲਿਆ ਹੈ ਪਰ ਉਹਦੇ ਵਿੱਚ ਕੁਝ ਲੋਕਾਂ ਨੇ ਚੰਦ ਲੋਕਾਂ ਨੇ ਕਿਹਾ ਹੈ ਕਿ ਇਹ ਕੋਈ ਅਜੇ ਝੋਖਾ ਹੈਗਾ ਹੈ ਜੀ ਜਤੋਂ ਖਾਏਗਾ ਜਾਂ ਨਹੀਂ ਹੈਗਾ ਤੁਹਾਡੇ ਸਾਹਮਣੇ ਹੈਗਾ ਤੁਸੀਂ ਦੇਖ ਲਓ ਆਪਣੇ ਘਰ 'ਚ ਪ੍ਰਯੋਗ ਕਰਕੇ ਵੇਖ ਲਓ ਮੈਂ ਕੀ ਦਿਖਾ ਰਿਹਾ ਤੁਹਾਨੂੰ ਹੁਣੇ ਦੇਖੋ ਮੈਂ ਦਿਖਾ ਰਿਹਾ ਤੁਸੀਂ ਦੋਵੇਂ ਹੱਥ ਸਿੱਧੇ ਕਰੋ ਜੀ ਜਰਾ ਤੁਹਾਡੀ ਬੋਡੀ ਤਾਕਤ ਦੇਖੀਏ ਇਸ ਤਰ੍ਹਾਂ ਕਰੋ ਪੂਰੀ ਤਾਕਤ ਨਾਲ ਮੈਂ ਹੱਥ ਤੁਹਾਡਾ ਦੱਬਾਂਗਾ ਤੁਸੀਂ ਰੋਕਣਾ ਹੈ ਪਿੱਠੀ ਕੋਣੀ ਸਿੱਧੀ ਕਰ ਲਓ ਇਹ ਮੈਨੂੰ ਦੱਬਣ ਨਹੀਂ ਦੇਣਾ ਤੁਸੀਂ ਹੱਥ ਰੋਕੋ ਜੀ ਜਰਾ ਠੀਕ ਹੈ ਇੱਕੋ ਘੋਟਾ ਪਾਣੀ ਹੈ ਤੁਸੀਂ ਪੀ ਲਓ ਠੀਕ ਹੈ ਨਾ ਜੀ ਇੱਕ ਸੈੱਟ ਬੱਸ बस इन्ना ही बड़ा है हूँ देखो ये पानी पी के तो कोई असर होया है कि आप ही देखना है करो जी हम दो में हाथ सीधे करो हूँ देखो ये पूरा शरीर इनका ये देखो सारा पूरा शरीर ही डिग्ता अगे ताकत घट गई थोड़ी को लगता है तू तो कुछ हो गया फर्क तो पड़ा है फर्क पड़ा क्योंकि जब मैं पहली बार मैंने हाथ किया ना तो स्ट्रेंथ थी हाथों में ਔਰ ਜਦ ਇਹ ਪਾਣੀ ਪੀ ਲਿਆ ਤਾਂ ਇਹਨਾਂ ਨੇ ਦੋ ਦੋ ਉਂਗਲਾਂ ਨਾਲ ਹਾਂ ਦੋ ਫਿੰਗਰਸ ਹੀ ਇਹਨੇ ਮੇਰਾ ਹੱਥ نیچے ਕਰ ਦਿਆ ਲੋ ਸਚਨਾ ਬੇਟੀ ਅਬ ਇਹ ਤਾਂਬੇ ਵਾਲਾ ਪਾਣੀ ਪੀ ਲਓ ਜੋ ਡਾਕਟਰ ਖਾਦਰ ਵਲੀ ਦੇ ਅਨੁਸਾਰ ਉਹਨਾਂ ਦੇ ਹਿਸਾਬ ਨਾਲ ਇਹ ਪਾਣੀ ਹੁਣ ਸਟ੍ਰਕਚਰਡ ਵਾਟਰ ਬਣ ਗਿਆ ਹੈ ਇਹ ਸਟ੍ਰਕਚਰਡ ਵਾਟਰ ਪੀ ਕੇ ਕੀ ਹੁੰਦਾ ਦੇਖ ਲੈਣੇ ਆ ਇਹ ਵੇਖੋ ਜੀ ਕਰੋ ਜੀ ਹੁਣ ਹੱਥ ਸਿੱਧੇ ਦੋਵੇਂ ਫਿਰ ਦੇਖ ਲੈਣੇ ਆ ਹਾਂਜੀ ਬਤਾਓ ਰਚਨਾ ਬੇਟੀ ਆਪਕੋ ਕੀ ਲੱਗ ਰਹਾ ਹੈ ਐਨਰਜੀ ਆ ਰਹੀ ਹੈ ਐਸੇ ਲੱਗ ਰਹਾ ਫਰਕ ਪੜ ਰਹਾ ਹੈ ਪਾਣੀ ਪੀਣਾ ਸਿਰਫ ਪਲਾਸਟਿਕ ਔਰ ਤਾਂਬੇ ਦੇ ਬਰਤਨ ਚ ਪਾਣੀ ਪੀਣਾ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਬਿਲਕੁਲ ਲਾਈਵ ਦਿਖਾ ਰਹੇ ਹਾਂ ਇਹ ਲਾਈਵ ਤਸਵੀਰਾਂ ਨੇ ਕਿਸ ਤਰੀਕੇ ਨਾਲ ਜਿਹੜੇ ਇਹ ਤਾਂਬੇ ਦੇ ਬਰਤਨ ਚਾਂਦੀ ਦੇ ਬਰਤਨ ਕੱਚ ਦੇ ਬਰਤਨ ਸਟੀਲ ਦੇ ਬਰਤਨ ਇਹ ਬਹੁਤ ਜ਼ਿਆਦਾ ਸਮਝਦਾਰ ਗਿਆਨੀ ਲੋਕਾਂ ਦੀ ਉਪਜ ਹੈਗੀ ਹੈ ਤੇ ਅਸੀਂ ਅੱਜ ਤੁਹਾਨੂੰ ਦਿਖਾਇਆ ਹੈ ਕਿ ਕਿਸ ਤਰੀਕੇ ਨਾਲ ਤਾਂਬੇ ਦਾ ਪਾਣੀ ਪੀਣ ਨਾਲ ਤਾਂਬੇ ਦੇ ਵਿੱਚ ਜਿਹੜਾ ਬਰਤਨ ਦੇ ਵਿੱਚ ਪਾ ਕੇ ਜਿਹੜਾ ਪਾਣੀ ਪੀਣ ਦਾ ਕੀ ਅਸਰ ਹੁੰਦਾ ਹੈ ਔਰ ਪਲਾਸਟਿਕ ਦੇ ਵਿੱਚ ਪਾ ਕੇ ਇਸ ਦਾ ਕੀ ਅਸਰ ਹੁੰਦਾ ਰਚਨਾ ਜੀ ਤੁਸੀਂ ਪੁੱਛ ਲੈਣੇ ਆ ਰਚਨਾ ਜੀ ਬਿਲਕੁਲ ਇਮਾਨਦਾਰੀ ਨਾਲ ਦੱਸਿਓ ਕਿ ਕੀ ਅਸਰ ਤੁਹਾਨੂੰ ਲੱਗਿਆ ਜਦੋਂ ਪਾਣੀ ਤੁਸੀਂ ਪੀਤਾ ਪਲਾਸਟਿਕ ਵਾਲਾ ਵੀ ਔਰ ਤਾਂਬੇ ਵਾਲਾ ਵੀ ਅ ਫਰਕ ਤਾਂ ਲੱਗਾ ਕਿਉਂਕਿ ਜੋ ਪਲਾਸਟਿਕ ਇੱਕਾ ਪਾਣੀ ਦਾ ਨਾ ਉਸ ਨੂੰ ਪੀ ਕੇ ऐसे लगे कि एनर्जी थोड़ी डाउन हो रही है और वही पानी अगर मैं तांबे के जग से पी रही हूं तो एनर्जी वापस आ रही है डिफरेंस दिख रहा है एनर्जी जैसे एनर्जी मिल गई पानी से फर्क तो है ही ये प्लास्टिक और इसमें जी जी थोड़ा कहना था भाव ये है कि जब तूसी प्लास्टिक वाले पानी ਨੂੰ ਪਲ प्लास्टिक ਦੇ ਵਿੱਚ ਪਾਇਆ ਹੋਇਆ ਸੀ ਪਾਣੀ ਉਹਨੂੰ ਯੂਜ਼ ਕੀਤਾ ਔਰ ਤਾਂਬੇ ਦੇ ਵਿੱਚ ਪਾਇਆ ਪਾਣੀ ਨੂੰ ਯੂਜ਼ ਕੀਤਾ ਤਾਂ ਜ਼ਮੀਨ ਅਸਮਾਨ ਦਾ ਫਰਕ ਬਹੁਤ ਫਰਕ ਹੈਗਾ ਬਹੁਤ ਫਰਕ ਹੈ ਜ਼ਮੀਨ ਅਸਮਾਨ ਦਾ ਫਰਕ ਹੈਗਾ ਅੱਛਾ ਤੇ ਫਿਰ ਉਹ ਦਰਸ਼ਕ ਜਿਹੜੇ ਹਰੇਕ ਗੱਲ ਨੂੰ ਨਾਰਮਲੀ ਲੈ ਜਾਂਦੇ ਨੇ ਉਹਨਾਂ ਨੂੰ ਕੀ ਕਹੋਗੇ ਕੀ ਦੱਸੋਗੇ ਕਿ ਪਲਾਸਟਿਕ ਕੇ ਬਰਤਨ ਨਾ ਯੂਜ਼ ਕਰੇ ਔਰ ਜਿੰਨਾ ਕੋਸ਼ਿਸ਼ ਹੋ ਸਕੇ ਘਰ ਮੇ ਤਾਂਬੇ ਕੇ ਬਰਤਨ ਯੂਜ਼ ਕਰੇ ਜੀ 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 ਤੇ ਫਿਰ ਇਹ ਇੱਕ ਐਕਸਪੈਰੀਮੈਂਟ ਹੋ ਗਿਆ ਰਾਜੇਸ਼ ਜੀ ਵੈਸਾ ਤੇ ਤੁਸੀਂ ਤਾਂ ਕਹਿ ਰਹੇ ਸੀ ਕਿ ਜਿਹੜਾ ਪਾਣੀ ਦਾ ਇਸਤੇਮਾਲ ਹੈਗਾ ਫਿਰ ਸਹੀ ਇਸਤੇਮਾਲ ਕੀ ਹੈਗਾ ਜੀ ਤੁਸੀਂ ਸਟਰਕਚਰ ਵਾਟਰ ਦੀ ਗੱਲ ਕਰ ਰਹੇ ਸੀ ਦੇਖੋ ਇਹਦੇ ਜਿਹੜਾ ਸਟਰਕਚਰ ਵਾਟਰ ਜਿਹੜਾ ਹੈ ਇਹ ਤੇ ਜਿਹੜੀ ਇਹਦੀ ਸਰਚਨਾ ਹੈਗੀ ਹੈ ਉਹ ਤੁਸੀਂ ਮਾਈਕਰੋਸਕੋਪ ਦੇ ਹੇਠਾਂ ਦੇਖਿਆ ਉਹਨੂੰ ਡਾਕਟਰ ਖਾਦਰਬੇਲੀ ਨੇ ਉਹਦੀ ਫੋਟੋ ਵੀ ਦਿੱਤੀ ਹੋਈ ਹੈ ਤੁਸੀਂ ਚਾਹੋ ਤੇ ਦੇਖ ਲਓ ਉਹਨੂੰ ਕੰਟੈਕਟ ਕਰ ਲਓ ਜਾਂ ਤੁਸੀਂ ਨੈਟ ਤੇ ਪਾਓ ਵੇਖ ਲਓ ਜਿਹੜਾ ਪਾਣੀ ਤੁਸੀਂ ਪਲਾਸਟੀਕ ਟੰਕੀ ਚ ਪਾਇਆ ਉਹਦਾ ਸਟਰਕਚਰ ਬਿਲਕੁਲ ਚੇਂਜ ਹੋ ਗਿਆ ਇਹਨ ਸਾਰੇ ਉਹ ਜਿਹੜੇ ਬਾਲ ਸਾਰੇ ਪਾਸੇ ਅਸਤਰ ਸਰਕਲ ਬਣਿਆ ਹੋਇਆ ਸੀ ਟੁੱਟ ਗਈ ਤੇ ਉਹ ਪਾਣੀ ਪੀਣ ਨਾਲ એનર્ਜੀ ਆਏਗੀ ਨਹੀਂ ਜਾਏਗੀ ਇੱਕ ਬਹੁਤ ਇੰਪੋਰਟੈਂਟ ਗੱਲ ਇਹ ਹੈ ਕਿ ਕਹਿੰਦੀ ਜਿਹੜੀ ਪਹਿਲਾਂ ਅਸੀਂ ਗੱਲਾਂ ਕਹੀਆਂ ਅੱਗੇ ਵੀ ਕਵਾਂਗੇ ਉਹ ਤੁਸੀਂ ਪਰਪਸ ਸਮਝ ਲਓ ਤੇ ਫਾਰਕੂ ਜੀ ਤੇ ਸਾਡਾ ਜਿਹੜੇ ਪੂਰੀ ਟੀਮ ਦਾ ਪਰਪਸ ਕੀ ਹੈ ਅਸੀਂ ਤੁਹਾਨੂੰ ਇਹ ਸਾਰੇ ਮਿਰਕਲ ਦਿਖਾਉਣ ਲਈ ਕੰਮ ਨਹੀਂ ਕਰ ਰਹੇ ਹਾਂ ਅਸੀਂ ਤੁਹਾਨੂੰ ਉਹ ਟੈਕਨੀਕ ਸਿਖਾ ਰਹੇ ਹਾਂ ਜਿਸ ਟੈਕਨੀਕ ਨਾਲ ਤੁਸੀਂ ਇਹ ਜਾਣ ਲਓ ਜਾਂਚ ਕਰ ਲਓ ਤੁਹਾਡੇ ਲਈ ਕੀ ਚੰਗਾ ਹੈ ਤੁਹਾਡੇ ਲਈ ਕੀ ਬੁਰਾ ਹੈ ਕਿਹੜਾ ਮਟੀਰੀਅਲ ਤੁਹਾਡੇ ਲਈ ਚੰਗਾ ਹੈ ਕਿਹੜਾ ਬੁਰਾ ਹੈ ਕਿਹੜੀ ਦਵਾਈ ਤੁਹਾਨੂੰ ਚੰਗੀ ਬੈਠੇਗੀ ਕਿਹੜੀ ਬੁਰੀ ਬੈਠੇਗੀ ਤੁਸੀਂ ਇੱਥੇ ਹਥੇਲੀ ਤੇ ਉਸ ਨੂੰ ਰੱਖੋ ਆਪਣੇ ਹਾਰਟ ਕੋਲ ਰੱਖੋ ਤਾਕਤ ਵਧ ਗਈ ਤੇ ਦਵਾਈ ਤੁਹਾਨੂੰ ਚੰਗੀ ਬੈਠੂਗੀ ਬੈਠੂਗੀ ਜੇ ਉਹਦੇ ਨਾਲ ਤਾਕਤ ਘਟ ਗਈ ਤੁਹਾਨੂੰ ਖਰਾਬ ਬੈਠੇਗੀ ਅਸਲੀ ਕਿਉਂ ਹੈ ਇੱਥੇ ਲਾ ਕੇ ਇੱਥੇ ਹਾਰਟ ਕੋਲ ਰੱਖੋ ਇਹਦੇ ਕੋਲ ਹਾਰਟ ਕੋਲ ਇੰਟੈਲੀਜੈਂਸ ਹੈਗੀ ਤੁਸੀਂ ਉਹਦੀ ਵੈਲਿਊ ਪੁੱល ਗਏ ਹੋ ਉਹ ਯਾਦ ਕਰੋ ਉਸ ਨੂੰ ਸਮਝੋ ਉਹਦਾ ਜ਼ਿੰਦਗੀ ਚ ਫਾਇਦਾ ਚੁੱਕੋ ਉਦਸੀ ਦੇਖੋਗੇ ਨਕਲੀ ਕਿਉ ਹੈ ਤਾਕਤ ਤੁਹਾਡੀ ਤਾਕਤ ਨਿਕਲ ਜਾਣੀ ਹੈ ਤੇ ਅਸਲੀ ਹੈਗਾ ਤਾਕਤ ਵਧ ਜਾਣੀ ਹੈ ਲੈਬ ਚ ਜਾਣ ਦੀ ਲੋੜ ਕੋਈ ਨਹੀਂ ਉਹੀ ਸ਼ਹਿਦ ਦੀ ਗੱਲ ਹੈ ਤੇ ਮੈਂ ਤੇ ਇਹ ਕਹਿਣਾ ਤੁਸੀਂ ਕੁੜੀ ਦਾ ਵਿਆਹ ਕਰਨ ਲੱਗੇ ਹੋ ਮੁੰਡੇ ਦਾ ਹੱਥ ਫੜ ਕੇ ਵੇਖ ਲਓ ਤਾਕਤ ਵਧ ਗਈ ਤੇ ਮੁੰਡਾ ਚੰਗਾ ਹੈ ਘਟ ਗਈ ਤੇ ਮੁੰਡਾ ਚੰਗਾ ਨਹੀਂ ਹੈ ਉਹਨੇ ਸਾਥ ਨਹੀਂ ਦੇਣਾ ਕੁੜੀ ਦਾ ਇਹ ਐਨੀ ਮਾਈਨਿਊਟ ਸੀਜ਼ਾਂ ਹੈ ਤੁਸੀਂ ਇਹਦਾ ਪ੍ਰਯੋਗ ਕਰਕੇ ਦੇਖੋ ਤੇ ਸਾਡਾ ਪਰਪਸ ਕੀ ਹੈ ਤੁਹਾਡੇ ਜੀਵਨ ਨੂੰ ਸੁਖੀ ਬਣਾਉਣ ਲਈ ਇਹ ਸਿਕਰਟ ਤੁਸੀਂ ਸਿੱਖ ਲਓ ਸਮਝ ਲਓ ਤੇ ਇਸ ਦਾ ਪ੍ਰਯੋਗ ਕਰੋ ਹੁਣ ਆਪਾਂ ਵਾਪਿਸ ਆਨੇ ਪਾਣੀ ਦੇ ਉੱਪਰ ਤੇ ਪਾਣੀ ਦਾ ਇੱਕ ਪ੍ਰਯੋਗ ਅਸੀਂ ਕਰ ਲਿਆ ਵੀ ਤਾਂਬੇ ਵਿੱਚ 500 ਘੰਟੇ ਚ ਪਾਣੀ ਰੱਖ ਕੇ ਉਹਦੇ ਕਿਟਾੜੂ ਰੋਗਾਣੂ ਪਲੇਗ ਦੇ ਕਿਟਾੜੂ ਵੀ ਮਰ ਜਾਂਦੇ ਨੇ ਇਹਦੇ ਰਿਸਰਚ ਪੇਪਰ ਆ ਚੁੱਕੇ ਨੇ ਪਰ ਚਾਨ ਰੱਖਿਓ ਮਿੱਤਰੋ ਇਤਵਾਰ ਦੇ ਦਿਨ ਤੁਸੀਂ ਤਾਂਬੇ ਦਾ ਜੇ ਪ੍ਰਯੋਗ ਕੀਤਾ ਤੇ ਤੁਹਾਨੂੰ ਨੁਕਸਾਨ ਹੋਊ ਤੁਸੀਂ ਕਹੋਗੇ ਤਾਂਬੇ ਦਾ ਇਤਵਾਰ ਦਾ ਕੀ ਸੁਭਦ ਹੁੰਦਾ ਹੈ ਜੀ ਮੈਨੂੰ ਵੀ ਨਹੀਂ ਪਤਾ ਮੈਂ ਜੋ ਕਰਕੇ ਵੇਖਿਆ ਹੈ ਪੰਜਾਬ ਚ ਖੇਤੀ ਵਿਰਾਸਤ ਮਿਸ਼ਨ ਵਾਲਿਆਂ ਨੇ ਪ੍ਰੋਗਰਾਮ ਕੀਤੇ ਜੱਟਾਂ ਦੇ ਮੁੰਡੇ ਕੁੜੀਆਂ ਉਹ ਇਤਵਾਰ ਨੂੰ ਆਗੇ ਕਿਹੜੇ ਇਤਵਾਰ ਨੂੰ ਇਤਵਾਰ ਦਾ ਕੀ ਲੈਣਾ ਜੀ ਤਾਂਬੇ ਨਾਲ ਬਖੇ ਮੈਨੂੰ ਨਹੀਂ ਪਤਾ ਸਾਡੇ ਪੂਰਜਾਂ ਨੇ ઋષਿ ਮੁਨੀਆਂ ਨੇ ਸਾਡੀ ਵਿਰਾਸਤ ਹੈ ਉਹਨਾਂ ਨੇ ਲਿਖਿਆ ਹੈ ਇਤਵਾਰ ਨੂੰ ਤਾਂਬੇ ਦੇ ਕਾਂਸੇ ਦਾ ਪ੍ਰਯੋਗ ਨਹੀਂ ਕਰਨਾ ਆਪਾਂ ਉਹਨਾਂ ਦੇ ਕੰਨ ਦੇ ਅੱਗੇ ਕਾਂਸਾ ਵਜਾਇਆ ਬੜੇ ਹੱਟੇ-ਕੱਟੇ ਜੱਟ ਮੁੰਡੇ ਸਿੱਖਾਂ ਦੇ ਉਹ ਵਜਾਇਆ ਤੇ ਉਹਦੀ ਤਾਕਤ ਘਟ ਗਈ ਉਹ ਸੌਖੇ ਹੱਥ ਦਬਦਾ ਉਸ ਤੋਂ ਬਾਅਦ ਦੂਜੇ ਦਿਨ ਹੋਈ ਕਾਂਸਰ ਉਹਦੇ ਕੰਨ ਦੇ ਜਿਹੜੇ ਬਜਾਇਆ ਉਹਦੀ ਤਾਕਤ ਵਧ ਗਈ ਤੇ ਤੁਸੀਂ ਤਿਆਰ ਰੱਖਿਓ ਮੰਨਣ ਦੀ ਲੋੜ ਕੋਈ ਨਹੀਂ ਅਜਮਾਓ ਪਰਖੋ ਸਾਬਿਤ ਹੋ ਜਾਏ ਤਾਮਨੂ ਜ ਮਨ ਕਾਨੂੰ ਸਾਡੇ ਕੋਈ ਕਾਨੂੰਨ ਹੈ ਮੰਨਣਾ ਪੈਣਾ ਕੋਈ ਕਾਨੂੰਨ ਨਹੀਂ ਹੈਗਾ ਪਰ ਵਿਚਾਰ ਜ਼ਰੂਰ ਕਰਿਓ ਪਰਖਿਓ ਜ਼ਰੂਰ ਐਦਾਂ ਹੀ ਠੀਕ ਗਲਤ ਨਹੀਂ ਕਰਨਾ ਹੁਣ ਆਪਾਂ ਅਗਲੀ ਗੱਲ ਕਰਦੇ ਆ ਇੱਕ ਜਾਪਾਨ ਦੇ ਡਾਕਟਰ ਹੈਗੇ ਜਿਨ੍ਹਾਂ ਦਾ ਨਾਂ ਹੈਗਾ ਹੈ ਡਾਕਟਰ ਇਮੋਟੋ ਤੁਸੀਂ ਨੈਟ ਦੇ ਉੱਪਰ ਜਾਓ ਵੇਦ ਰਾਜੇਸ਼ ਕੁਪੂਰ ਦੀ ਗੱਲ ਨਹੀਂ ਮੰਨਣੀ ਉਹ ਤੁਸੀਂ ਪੜਿਓ ਡਾਕਟਰ ਇਮੋਟੋ ਵਰਕ ਔਨ ਵਾਟਰ ਐਨਾ ਲਿਖ ਕੇ ਪੜ ਲਓ ਉਹ ਤੁਹਾਨੂੰ ਨਜ਼ਰ ਆਏਗਾ ਕਿ ਪਾਣੀ ਦੀ ਤਾਰੀਫ ਕੀਤੀ ਤੇ ਪਾਣੀ ਦੇ ਅੰਦਰੋਂ ਕਿਰਣਾ ਨਿਕਲਣ ਲੱਗ ਪਈ ਕੋਈ ਬ੍ਰੇਸਲੇਟ ਦੀ ਸ਼ਕਲ ਬਣ ਗਈ ਤੇ ਡਾਇਮੰਡ ਦੀ ਸ਼ਕਲ ਬਣ ਗਈ ਤੁਸੀਂ ਦੇਖੋ ਪੂਰੇ ਦੋ ਕਿਤਾਬਾਂ ਉਹਦੀ ਥੀਸਿਸ ਹੈਗੇ ਨੇ ਪੜ ਕੇ ਵੇਖੋ ਪਾਣੀ ਕੋਲ ਇੰਟੈਲੀਜੈਂਸ ਹੈ ਉਹ ਕਹਿੰਦੀ ਹੈ ਪਾਣੀ ਇੱਕ ਫਲੂਡ ਕੰਪਿਊਟਰ ਦੀ ਤਰ੍ਹਾਂ ਉਹਦੇ ਕੋਲ ਮੈਮਰੀ ਹੈ ਕੀ ਹੈ ਆਪਾਂ ਅੱਜ ਸਾਬਿਤ ਕਰਾਂਗੇ ਤੁਸੀਂ ਪਾਣੀ ਨੂੰ ਬੁਰਾ ਕਹਿ ਕੇ ਪੀ ਲੋਗੇ ਰੋਟੀ ਨੂੰ ਮਾੜਾ ਕਹਿ ਕੇ ਖਾਓਗੇ ਉਹ ਤੁਹਾਨੂੰ ਨੁਕਸਾਨ ਕਰੂਜੀ ਜੇ ਤੁਸੀਂ ਉਹਦੀ ਤਾਰੀਫ ਕਰਕੇ ਖਾਓਗੇ ਚੰਗੀ ਬਣੀ ਨਹੀਂ ਬਣੀ ਉਹ ਤੁਹਾਨੂੰ ਤਾਕਤ ਦੇਗੀ ਇਸ ਲਈ ਪਾਣੀ ਦੀ ਕੁਆਲਿਟੀ ਤੇ ਬਾਅਦ ਵਿੱਚ ਸੁਧਾਰਾਂਗੇ ਪਹਿਲਾਂ ਤੁਸੀਂ ਕਿਸ ਇਮੋਸ਼ਨ ਦੇ ਨਾਲ ਕਿਸ ਫੀਲਿੰਗ ਦੇ ਨਾਲ ਉਸ ਪਾਣੀ ਨੂੰ ਤੇ ਰੋਟੀ ਨੂੰ ਖਾਦਾ ਹੈ ਕਿਸ ਇਮੋਸ਼ਨ ਨਾਲ ਪਾਣੀ ਨੂੰ ਪੀਤਾ ਹੈ ਪਹਿਲੀ ਗੱਲ ਹੈ ਇੱਕ ਬਹੁਤ ਵੱਡੇ ਸਾਡੇ ਅਏ ਤੇ ਪ੍ਰਕਿਰਤਿਕ ਚਿਕਿਤਸਕ ਹੋਏ ਨੇ ਫਰਾਂਸ 'ਚ ਡਾਕਟਰ ਲੁਈ ਕੋ ਨੇ ਉਹਨਾਂ ਨੇ ਇੱਕ ਕਹਾਣੀ ਲਿਖੀ ਹੈ ਬੜੀ ਸੱਚੀ ਕੀ ਕਹਾਣੀ ਲਿਖੀ ਉਹਨਾਂ ਨੇ ਲਿਖਿਆ ਇੱਕ ਬੰਦਾ ਰੋਟੀ ਖਾ ਰਿਹਾ ਹੋਟਲ 'ਚ ਬੈਠਾ ਬੈਠਾ ਰੋਟੀ ਖਾਂਦੇ-ਖਾਂਦੇ ਇੱਕ ਦੋਸਤ ਆਇਆ ਗੱਲ ਕਰਦੇ-ਕਰਦੇ ਲੜਾਈ ਹੋ ਗਈ ਰੋਟੀ ਖਾਂਦੇ-ਖਾਂਦੇ ਬੰਦਾ ਮਰ ਗਿਆ ਉਹ ਹੋਟਲ ਵਾਲੇ ਨੇ ਉਹ ਤੋਂ ਤੇ ਪੁਲਿਸ ਨੇ ਫੜ ਲਿਆ ਫੜ ਕੇ ਉਹਦਾ ਵਿਸਰਾ ਟੈਸਟ ਹੁੰਦਾ ਉਹ ਕੀਤਾ ਉਹਦੇ 'ਚ ਜ਼ਹਿਰ ਨਿਕਲਿਆ ਉਹ ਜ਼ਹਿਰ ਦੇਖਿਆ ਪਾਣੀ 'ਚ ਨਹੀਂ ਹੈਗਾ ਸੀ ਜ਼ਹਿਰ ਖਾਣੇ 'ਚ ਨਹੀਂ ਸੀ ਕਿਤੇ ਨਹੀਂ ਸੀ ਜ਼ਹਿਰ ਆਇਆ ਕਿੱਥੋਂ ਹੋਟਲ ਵਾਲੇ ਦਾ ਕੰਮ ਪੱਠਾ ਬੈਠ ਗਿਆ ਉਹ ਜਾਂਚ ਕਰਨ ਤੋਂ ਬਾਅਦ ਪਤਾ ਲੱਗਾ ਬੰਦੇ ਨੂੰ ਗੱਲ ਕਰਦੇ ਕਰਦੇ ਜਾਂ ਗੁੱਸਾ ਆਇਆ ਨਾ ਫਾਰੂਕੀ ਸਾਹਿਬ ਉਹ ਜ਼ਹਿਰ ਬਣ ਗਿਆ ਪਾਣੀ ਜ਼ਹਿਰ ਬਣ ਗਿਆ ਉਹ ਖਾਣਾ ਤੇ ਪਾਣੀ ਜ਼ਹਿਰ ਬਣ ਗਿਆ ਖਾਣੇ ਦਾ ਮਤਲਬ ਹੁੰਦਾ ਜਿਹੜਾ ਪਾਣੀ ਹੈ ਵਾਟਰ ਕੰਟੈਂਟ ਹੈ ਉਹ ਜ਼ਹਿਰ ਬਣ ਗਿਆ ਤੇ ਅਸਲੀ ਕਹਿੰਦੇ ਰੋਟੀ ਬੜੇ ਰੱਬ ਦੀ ਮਿਹਰ ਨਾਲ ਮਿਲਦੀ ਹੈ ਤੁਸੀਂ ਗੁਰਦੁਆਰੇ ਚ ਜਾਂਦੇ ਹੋ ਇਸ ਤਰ੍ਹਾਂ ਇਸ ਤਰ੍ਹਾਂ ਹੱਥ ਲੈ ਕੇ ਹੱਥ ਅੜ ਕੇ ਅੱਗੇ ਇਸ ਤਰ੍ਹਾਂ ਰੋਟੀ ਲੈ ਕੇ ਖਾਂਦੇ ਹੋ ਮਿਹਰ ਸਮਝ ਕੇ ਉਹਦੀ ਤਾਂ ਤੁਹਾਡੇ ਲਈ ਅੰਮ੍ਰਿਤ ਬਣਦਾ ਅੱਛਾ ਬਹੁਤ ਵੱਡੀ ਗੱਲ ਤੁਸੀਂ ਵੈਜੀ ਕਰ ਰਹੇ ਹੋ ਸਾਡੇ ਪਰੰਪਰਾ ਹੈਗੀ ਹੈ ਸਾਡਾ ਸੱਭਿਆਚਾਰ ਹੈਗਾ ਅਸੀਂ ਜਦੋਂ ਵੀ ਲੰਗਰ ਪੰਗਤ ਦੇ ਵਿੱਚ ਬੈਠ ਕੇ ਛਕਦੇ ਆ ਸਿਰ ਟੱਕ ਕੇ ਛਕਦੇ ਆ ਔਰ ਸਾਡੇ ਹੱਥ ਜਿਹੜੇ ਦੋ ਅੱਡੇ ਹੀ ਹੁੰਦੇ ਨੇ ਇਹਦੇ ਪਿੱਛੇ ਵੀ ਕੋਈ ਲੌਜੀਕ ਇਸ ਤਰ੍ਹਾਂ ਸਮਝਦੇ ਸੀ ਕਿ ਇਹ ਸਾਡੀ ਰਿਵਾਜ ਹੈ ਇਹਦੇ ਪਿੱਛੇ ਉਹੀ ਹੈ ਜੀ ਇਹ ਦੀ ਸ਼ਰੀਰ ਜਿਹੜਾ ਹੈ ਰੋਟੀ ਤੋਂ ਬਿਨਾ ਕਿੱਥੇ ਚੱਲਦਾ ਹੈ ਉਹ ਸਾਨੂੰ ਰੱਬ ਦੇ ਰਿਹਾ ਹੈ ਤੇ ਰੱਬੀ ਦਾ ਸ਼ੁਕਰ ਮਨ ਕੇ ਤੁਸੀਂ ਅਸੀਂ ਲੈਨੇ ਆ ਨੰਬਰ 2 ਇੱਥੇ ਜਦ ਹਥੇਲੀ ਤੇ ਸੈਂਸਰ ਲੱਗੇ ਨੇ ਨਾ ਇੱਥੇ ਵੀ ਸੈਂਸਰ ਨੇ ਟਿਪਸ ਦੇ ਉੱਪਰ ਸੈਂਸਰ ਨੇ ਜਦ ਪੋਜ਼ਿਟਿਵ એનર્ਜੀ ਨਾਲ ਤੁਸੀਂ ਇਸ ਨੂੰ ਲੈਂਦੇ ਹੋ ਉਹਦੇ ਤੇ ਪੋਜ਼ਿਟਿਵਿਟੀ ਆਂਦੀ ਹੈ ਤੁਸੀਂ ਚਾਵਲ ਬਿਨਾ ਪਾਲਿਸ਼ ਦਾ ਲੈ ਲਓ ਲੈ ਕੇ ਤੁਹਾਡਾ ਲੀਵਰ ਖਰਾਬ ਹੈ ਪੰਜ ਸਤ ਦਾਣੇ ਟੁੱਟੇ ਹੋਏ ਨਾ ਹੋਣ ਸਾਬੂਤ ਦਾਣੇ ਲਓ ਹਥੇਲੀ ਦੇ ਉੱਪਰ ਰੱਖੋ ਪਿਆਰ ਨਾਲ ਦੇਖੋ ਤੇ ਸਾਬਤ ਨਗਾ ਦਿਓ ਪਾਣੀ ਨਾਲ ਤਿੰਨ ਚਾਰ ਦਿਨ ਚਾਵਲ ਖਾਓ ਤੁਸੀਂ ਸਾਬੂਤ ਦਾਣੇ ਤੁਹਾਡਾ ਲੀਵਰ ਠੀਕ ਹੋ ਜਾਣਾ ਹੈ ਕਿਉਂ ਚਾਵਲ ਦੀ ਸੈਂਸਿਟੀਵਿਟੀ ਬਹੁਤ ਜ਼ਿਆਦਾ ਹੈ ਜੀ ہتھیਲੀ ਦੇ ਉੱਪਰ ਕਾ ਪੋਜੀਟਿਵ ਸੋਚਿਆ ਤੇ ਲੰਗਾ ਲਿਆ ਅੰਦਰ એનર્ਜੀ ਦਉ ਉਹ ਹਿੰਦੂਆਂ ਦੇ ਟਿੱਕਾ ਲਾਉਂਦੇ ਨਾ ਉਹ ਟੁੱਟੇ ਚਾਵਲਾਂ ਦਾ ਲਾ ਲੈਂਦੇ ਆ ਉਹ ਤੇ ਬ੍ਰੇਕਡਾਊਨ ਜੀ ਟੁੱਟੀ ਹੋਈ એનર્ਜੀ ਹੈ ਸਾਬਦ ਚਾਵਲ ਦਾ ਤਿਲਕ ਲਾਣਾ ਚਾਹੀਦਾ ਦਿਨ ਪਰ ਤੁਹਾਡੀ એનર્ਜੀ ਹਾਈ ਲੈਵਲ ਰਹੇਗਾ ਚਾਵਲ ਚਾਰ ਦਾਣੇ ਲਾ ਕੇ ਇਹ ਕਰਕੇ ਵੇਖੋ ਆਪਾਂ ਨੂੰ ਪਾਣੀ ਦੇ ਉੱਪਰ ਆਨੇ ਆ ਹੁਣ ਪਾਣੀ ਤੇ ਤੁਹਾਨੂੰ ਇੰਟੈਲੀਜੈਂਸ ਦੱਸਣੀ ਆ ਐਡੀ ਮੈ ਮੁਰੀ ਦਸਨੇ ਆ ਕੀ ਕਰਨਾ ਹੈ ਜੀ ਆਪਾਂ ਇਹ ਦੋ ਗਲਾਸ ਸਟ੍ਰਕਚਰਡ ਵਾਟਰ ਇਹ ਦੇਖੋ ਡਾਕਟਰ ਖਾਦਰ ਵਲੀ ਨੇ ਬਹੁਤ ਵੱਡਾ ਕੰਮ ਕੀਤਾ ਹੈ ਮਿਲਟਸ ਦੇ ਉੱਪਰ ਤੇ ਇੱਕ ਹੋਰ ਕੰਮ ਕਰਤਾ ਹੈ ਪਾਣੀ ਦੇ ਉੱਪਰ ਵੀ ਕਿ ਇਹਦਾ ਪਾਣੀ ਸਟ੍ਰਕਚਰਡ ਈ ਸਟ੍ਰਕਚਰਡ ਜੇ ਆਹ ਦਿੱ ਆਕ੍ਰਿਤੀ ਜਿਹੜੀ ਹੈ ਵਿਗੜ ਗਈ ਇਹ ਇਹ ਦੋ ਗਲਾਸਾਂ ਚ ਅਸੀਂ ਪਾਣੀ ਪਾਤਾ ਬੇਟੇ ਤੁਸੀਂ ਦੋ ਕਾਗਜ਼ਾਂ ਦੇ ਉੱਪਰ ਲਿਖੋ ਆਪ ਬਹੁਤ ਅੱਛੇ ਆਪ ਬਹੁਤ ਬੁਰੇ ਆ ਲਿਖ ਕੇ ਪਾਣੀ ਦੇ ਗਲਾਸ ਦੇ ਹੇਠਾਂ ਰੱਖ ਦਿਓ ਅਸੀਂ ਤੁਹਾਨੂੰ ਦਿਖਾ ਰਹੇ ਆ ਲਾਈਵ ਤਸਵੀਰਾਂ ਨੇ ਲਾਈਵ ਐਕਸਪੈਰੀਮੈਂਟ ਹੈਗਾ ਇੱਥੇ ਕਰਨ ਵਾਲੇ ਆ ਵੈਦ ਜੀ ਨੇ ਕਿਹਾ ਕਿ ਉਹ ਪਾਣੀ ਦੀ ਜਿਹੜੀਆਂ ਕੁਆਲਿਟੀਆਂ ਨੇ ਪਾਣੀ ਚੰਗਾ ਤੇ ਮਾੜਾ ਕਿਵੇਂ ਆ ਪਾਣੀ ਸਰੀਰ ਦੇ ਵਿੱਚ ਜਾ ਕੇ ਜ਼ਹਿਰ ਦਾ ਕੰਮ ਕਿਵੇਂ ਕਰਦਾ ਹੈ ਬਿਮਾਰੀਆਂ ਕਿਵੇਂ ਫੈਲਾਉਂਦਾ ਹੈ ਅੱਜ ਅਸੀਂ ਤੁਹਾਨੂੰ ਲਾਈਵ ਇਸ ਚੀਜ਼ ਦਾ ਸਬੂਤ ਦੇਣ ਵਾਲੇ ਆ ਉਸ ਲਾਈਵ ਇੰਟੈਲੀਜੈਂਸੀ ਪਾਣੀ ਦੀ ਜੋ ਇੰਟੈਲੀਜੈਂਸੀ ਹੈਗੀ ਲਾਈਵ ਅਸੀਂ ਉਹ ਤੁਹਾਨੂੰ ਅੱਜ ਦਿਖਾਉਣ ਜਾ ਰਹੇ ਆ ਵੈਦ ਜੀ ਨੇ ਕਿਹਾ ਕਿ ਦੋ ਕਾਗਜ਼ ਨੇ ਦੋ ਕਾਗਜ਼ਾਂ ਦੇ ਉੱਤੇ ਇੱਕ ਤੇ ਲਿਖੋ ਕਿ ਪਾਣੀ ਬਹੁਤ ਬੁਰਾ ਹੈ ਦੂਸਰੇ ਤੇ ਲਿਖਣਾ ਕਿ ਪਾਣੀ ਬਹੁਤ ਚੰਗਾ ਹੈ ਇਸ ਚੀਜ਼ ਦਾ ਕੀ ਫਰਕ ਪੈਣ ਵਾਲਾ ਹੈ ਲੋਕ ਤਾਂ ਕਹਿਣਗੇ ਜੀ ਬੜੇ ਵਹਿਮਾਂ ਦੇ ਵਿੱਚ ਪਾ ਰਹੇ ਹੋ ਹਾਂ ਦੇਖੋ ਦੇਖੋ ਤੁਸੀਂ ਜਿਹੜੇ ਵਹਿਮ ਦੀ ਗੱਲਾਂ ਕਰਦੇ ਨੇ ਨਾ ਅਸਲ 'ਚ ਉਹ ਬਾਰੀਕੀ ਨੂੰ ਸਮਝਣ ਦੀ ਆਪਣੀ ਜਿਹੜੀ ਇਹ ਕੈਪੈਸਿਟੀ ਖੋ ਚੁੱਕੇ ਨੇ ਇਹ ਮੈਟਾਫਿਜ਼ਿਕਸ ਜਿਹੜਾ ਸਾਇੰਸ ਹੈਗਾ ਹੈ ਇਹ ਤੁਹਾਡੀ ਜਿਹੜਾ ਨਜ਼ਰ ਆਂਦਾ ਉਸ ਤੋਂ ਬਹੁਤ ਅੱਗੇ ਦੀ ਗੱਲ ਹੈ ਇਸ ਮੈਟਾਫਿਜ਼ਿਕਸ ਤੋਂ ਵੀ ਅੱਗੇ ਦੀ ਗੱਲਾਂ ਜਿਹੜੀ ਮੈਂ ਕਰ ਰਿਹਾ ਤੇ ਇਹਦੇ ਉੱਤੇ ਤਾਂ ਰਿਸਰਚ ਪੇਪਰ ਹੈਗੇ ਨੇ ਜੀ ਮੇਰੇ ਕਹਿਣ ਨੂੰ ਕਾਹ ਨੂੰ ਮੰਨਦੇ ਹੋ ਤੁਸੀਂ ਤੇ ਹੁਣੇ ਤੁਸੀਂ ਦੇਖ ਲਓ ਘਰ 'ਚ ਵੀ ਕਰਕੇ ਵੇਖ ਲੈਣਾ ਲਿਆਓ ਜੀ ਜ਼ਰਾ ਲਿਖ ਕੇ ਦੇ ਦਿਓ ਉਹ ਕਾਗਜ਼ ਜੀ 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 ਤੇ ਵਾਹ ਜੀ ਜਦੋਂ ਤੱਕ ਕਾਗਜ਼ ਤੇ ਲਿਖਿਆ ਜਾ ਰਿਹਾ ਸਾਨੂੰ ਇਹ ਦੱਸੋ ਕਿ ਫਿਰ ਇੱਕ ਚੰਗੇ ਪਾਣੀ ਦੀਆਂ ਜਿਹੜੀਆਂ ਕਵਾਲਿਟੀਜ਼ ਕੀ ਕੀ ਹੁੰਦੀਆਂ ਇਹ ਵੀ ਨਾਲ ਨਾਲ ਆਪਾਂ ਗੱਲ ਕਰ ਰਹੇ ਚੰਗੇ ਪਾਣੀ ਦੀ ਕਵਾਲਿਟੀਜ਼ ਕੀ ਹੁੰਦੀ ਹੈ ਦੇਖਿਓ ਚੰਗਾ ਪਾਣੀ ਸਵਾਦ ਹੁੰਦਾ ਹੈ ਪੀਣ ਲਈ ਚ ਉਹਨੂੰ ਪੀਣ ਕੇ ਤੁਹਾਨੂੰ ਤ੍ਰਿਪਤੀ ਮਿਲਦੀ ਹੈ ਸੰਤੁਸ਼ਟੀ ਮਿਲਦੀ ਹੈ ਫਰਿੱਜ ਦਾ ਪਾਣੀ ਠੰਡਾ ਪੀ ਕੇ ਤੁਹਾਨੂੰ ਠੰਡਕ ਤੇ ਆਦੀ ਹੈ तृप्ति कादे नहीं मिलती एनर्जी कादे नहीं आंदी चंगा पानी पियोगे स्वाद लगेगा ਤੇ ਤੁਹਾਨੂੰ ਪੀਣ ਤੋਂ ਬਾਅਦ ਤਾਕਤ ਮਹਿਸੂਸ ਹੋਏਗੀ ਤਾਜ਼ਗੀ ਮਹਿਸੂਸ ਹੋਏਗੀ ਤੇ ਹੋਰ ਮੈਂ ਅੱਗੇ ਗੱਲ ਕਰਾਂਗਾ ਆਪਾਂ ਪਾਣੀ ਨੂੰ ਕਿਦਾਂ-ਕਿਦਾਂ ਖਰਾਬ ਕਰਕੇ ਪੀ ਜਾਣੀ ਉਹ ਵੀ ਆਪਾਂ ਗੱਲ ਕਰਾਂਗੇ ਪਹਿਲਾਂ ਆਪਾਂ ਇੱਕ ਛੋਟਾ ਜਿਹਾ ਐਕਸਪੈਰੀਮੈਂਟ ਆਪਾਂ ਕਰ ਲੈਨੇ ਆ ਦਿਓ ਜੀ ਇਹ ਕੀ ਲਿਖਿਆ ਹੈ ਲਿਖਿਆ ਜੀ ਅਸੀਂ ਪੰਜਾਬੀ ਦੇ ਵਿੱਚ ਲਿਖਿਆ ਹੈ ਕਿ ਪਾਣੀ ਬਹੁਤ ਮਾੜਾ ਹੈ ਠੀਕ ਹੈ ਜੀ ਇਹ ਲੋ ਇੱਥੇ ਰੱਖਤਾ ਜੀ ਜੀ ਹੈਨਾ ਜੀ ਹੁਣ ਦੂਜਾ ਵੀ ਦੇ ਦਿਓ ਜੀ ਦੂਜੇ ਦੇ ਉੱਤੇ ਅਸੀਂ ਜਿਹੜਾ ਲਿਖਿਆ ਹੈ ਕਿ ਪਾਣੀ ਬਹੁਤ ਚੰਗਾ ਹੈ ਇਹ ਦੂਸਰੇ ਦੇ ਉੱਤੇ ਅਸੀਂ ਤੁਹਾਨੂੰ ਲਾਈਵ ਅੱਜ ਅਸੀਂ ਦਿਖਾ ਰਹੇ ਹਾਂ ਇਹ ਪਾਣੀ ਦੇ ਢੇਠਾਂ ਜਿਹੜਾ ਵੈਜ ਜੀ ਰੱਖ ਰਹੇ ਨੇ ਇਹਦੇ ਉੱਤੇ ਸਿਰਫ ਅਸੀਂ ਇਹ ਲਿਖਿਆ ਹੈ ਕਿ ਪਾਣੀ ਬਹੁਤ ਚੰਗਾ ਹੈ ਜੀ ਹੁਣ ਦੇਖੋ ਜੀ ਰੱਖੇ ਸਾਨੂੰ 2-4 ਸੈਕਿੰਡ ਹੋਏ ਨੇ ਇਹ ਦੇਖੋ ਹੁਣ ਪਹਿਲਾਂ ਇਹ ਪਾਣੀ ਪੀ ਕੇ ਵੇਖੋ ਜੀ ਤੁਸੀਂ ਇੱਕ ਘੁੱਟ ਪੀ ਲਓ ਪੀਓ ਜੀ ਦੇਖੋ ਉਹ ਗਲਾਸ ਹੈ ਜਿਹਦੇ ਉੱਤੇ ਅਸੀਂ ਲਿਖਿਆ ਸੀ ਕਿ ਪਾਣੀ ਬਹੁਤ ਮਾੜਾ ਹੈ ਅਸੀਂ ਇਹ ਲਿਖਿਆ ਸੀ ਜੀ ਬੈ ਜੀ ਕਿ ਪਾਣੀ ਬਹੁਤ ਮਾੜਾ ਹੈ ਜੀ ਹੁਣ ਇਹਦਾ ਅਸਰ ਵੇਖੋ ਜੀ ਕਰੋ ਜਦੋਂ ਮੈਂ ਹੱਥ ਸਿੱਧੇ ਤੁਸੀਂ ਆਪਣੇ ਪਹਿਲਾਂ ਦੀ ਤਰ੍ਹਾਂ ਹੁਣ ਤੁਸੀਂ ਦੇਖੋ ਤੁਹਾਨੂੰ ਤੇ ਲੱਗੇਗਾ ਬ੍ਰੇਨ ਨੂੰ ਨਹੀਂ ਪਤਾ ਲੱਗਦਾ ਜੀ ਇੰਨੀ ਮਾਈਨਿਊਟ ਸੀਜ਼ ਆ ਸਾਡਾ ਬ੍ਰੇਨ ਨਹੀਂ ਫੜਦਾ ਤੁਸੀਂ ਬ੍ਰੇਨ ਦੇ ਪ੍ਰੋਸੈਸ ਚੱਲੀ ਜਾਂਦੇ ਹੋ ਇਹ ਐਨੇ ਪ੍ਰੋਸੈਸ ਦੇ ਕਾਬਿਲ ਨਹੀਂ ਹੈ ਬ੍ਰੇਨ ਇਹ ਬਾਡੀ ਸਿਸਟਮ ਬੜਾ ਇੰਟੈਲੀਜੈਂਟ ਹੈ ਬ੍ਰੇਨ ਤੋਂ ਜ਼ਿਆਦਾ ਕੰਮ ਕਰਦਾ ਹੈ ਹੁਣ ਦੇਖੋ ਜੀ ਇਹ ਕੀ ਅਸਰ ਹੋਇਆ ਹੈ ਬੇਟੋ ਦੇਖੋ ਤੁਹਾਡੀ ਤਾਕਤ ਮੈਂ ਇੱਕ ਉਂਗਲ ਨਾਲ ਦੱਬਣ ਇਹ ਦੇਖੋ ਇਹ ਇੱਕ ਉਂਗਲ ਨਾਲ ਦੱਬਿਆ ਜੀ ਮੈਂ ਠੀਕ ਹੈ ਹੁਣ ਤੁਸੀਂ ਇਹ ਪਾਣੀ ਵੇਖੋ ਇਹ ਕਿਹੜਾ ਹੈ ਇਸ ਪਾਣੀ ਤੇ ਅਸੀਂ ਲਿਖਿਆ ਸੀ ਵੈਜੀ ਕੇ ਪਾਣੀ ਬਹੁਤ ਚੰਗਾ ਹੈ ਇਹ ਤਸਵੀਰਾਂ ਨੇ ਰਚਨਾ ਜੀ ਪਾਣੀ ਪੀ ਰਹੇ ਨੇ ਔਰ ਉਹ ਪਾਣੀ ਪੀ ਰਹੇ ਨੇ ਜਿਸ ਦੇ ਹੇਠਾਂ ਲਿਖਿਆ ਸੀ ਕਿ ਪਾਣੀ ਬਹੁਤ ਚੰਗਾ ਹੈ ਸੋ ਲਾਈਵ ਜਿਹੜਾ ਐਕਸਪੈਰੀਮੈਂਟ ਹੈਗਾ ਪਾਣੀ ਕਿੰਨਾ ਕਿੰਟੈਲੀਜੈਂਟ ਹੈ ਪਾਣੀ ਦੀ ਯਾਦ ਸ਼ਕਤੀ ਕੀ ਹੈ ਇਹ ਵਾਰ ਤੁਹਾਨੂੰ ਲਾਈਵ ਅਸੀਂ ਐਕਸਪੈਰੀਮੈਂਟ ਦਿਖਾ ਰਹੇ ਹਾਂ ਅੱਛਾ ਤੇ ਇਹ ਵੇਖੋ ਜੀ ਇੱਕ ਉਂਗਲ ਨਾਲ ਦੱਬਿਆ ਸੀ ਨੇ ਮੈਂ ਹੁਣ ਵੇਖੋ। ਇਹਨਾਂ ਦੀ ਐਨਰਜੀ ਇਹ ਵੇਖੋ ਤੁਸੀਂ। ਯਾਨੀ ਤਾਕਤ ਕਿੰਨੀ ਵਧੀ ਹੈ ਇਸ ਪਾਣੀ ਨਾਲ ਇਹ ਵੇਖੋ। ਫਰਕ ਤਾਂ ਹੈ। ਕਿ ਫਰਕ ਤਾਂ ਹੈ। ਥੋੜਾ ਹੈ ਕਿ Akash patal da antar hai. ਹਾਂ ਬਹੁਤ ਫਰਕ ਤਾਂ ਪੜ ਰਹਾ ਹੈ। ਹੈ ਫਰਕ ਮੰਨਣਾ ਪੜੇਗਾ। ਅੱਛਾ ਅਗਲੀ ਹੁਣ ਤੁਸੀਂ ਦੇਖੋ। ਕਹਿੰਦੀ ਦੇਵਤਾ ਉਹ ਹੁੰਦਾ ਹੈ ਜਿਹੜਾ ਮਾਫ ਕਰ ਦੇ। ਜਿਹੜਾ ਮਾਫ ਨਹੀਂ ਕਰ ਸਕਦਾ ਉਹ ਦੇਵਤਾ ਨਹੀਂ ਹੋ ਸਕਦਾ। ਹੁਣ ਤੁਸੀਂ ਇਹ ਪਾਣੀ ਜਿਸ ਨੂੰ ਬੁਰਾ ਕਿਹਾ ਸੀ ਹੈ ਤੇ ਕਿ ਪ੍ਰਾਰਥਨਾ ਕਰੋ ਜਰਾ ਕਿ ਮੈਨੂੰ ਮਾਫ ਕਰ ਦਿਓ ਹੱਥ ਦੋਵੇਂ ਹੱਥ ਜੋੜ ਕੇ ਪ੍ਰਾਰਥਨਾ ਕਰ ਦਿਓ ਆਖ ਪੜ ਲਓ ਮੇ ਤੋਂ ਗਲਤੀ ਹੋਈ ਜੀ ਤੁਸੀਂ ਬਹੁਤ ਅੱਛੇ ਹੋ ਮੇਰੇ ਤੇ ਗਲਤੀ ਹੋਈ ਤੁਸੀਂ ਬਹੁਤ ਅੱਛੇ ਹੋ ਪੀ ਕੇ ਇਹ ਉਹੀ ਪਾਣੀ ਹੈ ਜਿਸ ਨੂੰ ਤੁਸੀਂ ਬੁਰਾ ਕਿਹਾ ਸੀ ਇਹਦੇ ਨਾਲ ਤਾਕਤ ਖਤਮ ਹੋਈ ਸੀ ਉਹੀ ਪਾਣੀ ਇਹਨਾਂ ਨੇ ਮਾਫੀ ਮੰਗੀ ਪ੍ਰਾਰਥਨਾ ਕੀਤੀ ਤੁਸੀਂ ਬਹੁਤ ਅੱਛੇ ਹੋ ਅਸਰ ਵੇਖੋ ਕੀ ਕਿਹਾ ਕੀ ਪ੍ਰਾਰਥਨਾ ਕੀਤੀ ਤੁਸੀਂ ਕੀ ਤੁਸੀਂ ਬਹੁਤ ਅੱਛੇ ਹੋ ਪਾਣੀ ਨੂੰ ਪ੍ਰਾਰਥਨਾ ਕੀਤੀ ਕੋਈ ਬੁਰਾਈ ਨਹੀਂ ਹੈਗੀ ਪਾਣੀ 'ਚ ਇਹ ਪ੍ਰਾਰਥਨਾ ਕੀਤੀ ਜੀ 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 ਦੇਖੋ ਹੁਣ ਹੱਥ ਕਰੋ ਸਿੱਧਾ ਇਹ ਵੇਖੋ ਉਜੜੇ ਮੇਂ ਇੱਕ ਉਂਗਲ ਨਾਲ ਦੱਬਿਆ ਸੀ ਹੁਣ ਉਹ ਨਹੀਂ ਹੋਣਾ ਤੇ ਇਹ ਪਾਣੀ ਦੀ ਪ੍ਰੋਪਰਟੀ ਹੈਗੀ ਇਹ ਦੇਖੋ ਡਾਕਟਰ ਫੂਜੀ ਮੋਟੋ ਕਹਿੰਦੇ ਨੇ ਇਹਦੇ 'ਚ ਇਫਲੂਇਡ ਕੰਪਿਊਟਰ ਹੈ ਦੇਖੋ ਕਰੋਨਾ ਮੈਮਰੀ ਹੈਗੀ ਹੈ ਪਰ ਦੂਜੀ ਇਹਦੀ ਖਾਸੀਅਤ ਹੈ ਤੁਹਾਨੂੰ ਮਾਫ ਵੀ ਕਰਦਾ ਹੈ ਤੁਹਾਡੀ ਨੈਗੇਟਿਵ એનર્ਜੀ ਦੀ ਨੈਗੇਟਿਵ ਸੋਚ ਦਾ ਅਸਰ ਲੈਂਦਾ ਹੈ ਤੇ ਇਹਦਾ ਮਤਲਬ ਮੇਰਾ ਉਹੀ ਤੁਹਾਡੇ ਨਾਲ ਨਿਵੇਦਨ ਹੈ ਖਾਣ ਪੀਣ ਦੇ ਵਕਤ ਉਸ ਚੀਜ਼ ਨੂੰ ਚੰਗਾ ਕਹਿ ਕੇ ਲਓ ਇਹ ਤੇ ਇੱਕ ਗੱਲ ਹੋ ਗਈ ਇਸੇ ਲਈ ਕਨਸੈਪਟ ਜਿਹੜਾ ਸਾਡੇ ਰਿਸ਼ੀ ਮੂਨੀਆਂ ਨੇ ਸਾਡੇ ਪੀਰਾ ਫਕੀਰਾਂ ਨੇ ਕਿਹਾ ਕਿ ਕੁਝ ਵੀ ਖਾਣ ਪੀਣ ਤੋਂ ਪਹਿਲਾਂ ਰੱਬ ਦਾ ਨਾਮ ਲਵੋ ਇਹੀ ਗੱਲ ਸੀ ਬਿਲਕੁਲ ਉਹੀ ਮਤਲਬ ਹੈ ਬਿਲਕੁਲ ਉਹੀ ਮਤਲਬ ਹੈ ਤੁਸੀਂ ਬਿਲਕੁਲ ਠੀਕ ਪੜ ਲਿਆ ਤੁਸੀਂ ਵਿਰਾਸਤ ਨਾਲ ਜੋੜਨ ਦਾ ਕੰਮ ਕਰ ਰਹੇ ਹੋ ਤੇ ਜਿਹੜੇ ਵਿਚਾਰ ਵਿਰਾਸਤ ਤੋਂ ਤੋੜਨ ਦਾ ਕੰਮ ਕਰ ਰਹੇ ਉਹਨੂੰ ਤੁਹਾਡੇ ਕਰਕੇ ਬੜੀ ਤਕਲੀਫ ਹੁੰਦੀ ਹੈ ਹੈ ਨਾ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਕਿ ਹੁਣ ਅਗਲੀ ਗੱਲ ਮੈਂ ਕਰਨਾ ਤੁਸੀਂ ਦੇਖੋ ਦੁਨੀਆ 'ਚ ਪਾਣੀ ਦੀ ਕਲੋਰਿਨੇਸ਼ਨ ਪਾਣੀ ਨੂੰ ਸਾਫ਼ ਕਰਨ ਲਈ ਬੰਦ ਕਰਤੀ ਹੈ ਦੁਨੀਆ ਦੇ ਦੇਸ਼ਾਂ ਨੇ ਜੀ ਕਈ ਦੇਸ਼ਾਂ ਨੇ ਬੰਦ ਕਰਤੀ ਹੈ ਚੰਦ ਦੇਸ਼ ਹੋਣਗੇ ਅਮਰੀਕਾ ਹੈ ਹਿੰਦੁਸਤਾਨ ਹੈ ਦੋ ਚਾਰ ਦੇਸ਼ ਹੈ ਜਿਹੜੇ ਕਲੋਰੀਨੇਸ਼ਨ ਕਰ ਰਹੇ ਹੈ ਵੀ ਕਲੋਰੀਨ ਕਰਦੀ ਕੀ ਹੈ ਤੁਸੀਂ ਦੇਖੋ ਜਿੱਥੇ ਕਲੋਰੀਨ ਪਾਣੀ ਚ ਪਾਈਦੀ ਹੈ ਨਾ ਪਿੰਡ ਦੇ ਪਾਣੀ ਚ ਉਹਦੇ ਉੱਪਰ ਲੋਹੇ ਦੀ ਜਿਹੜੀ ਛੱਤ ਲੱਗੀ ਹੈ ਨਾ ਉਹ ਦੋ ਚਾਰ ਮਹੀਨੇ ਸਾਲ ਚ ਗਲ ਜਾਂਦੀ ਹੈ ਤੋਂ ਆਦੀ ਅਤੜੀਆਂ ਨਹੀਂ ਗਲਦੀ ਇਹਦੇ ਉੱਤੇ ਰਿਸਰਚ ਪੇਪਰ ਦਰਜਣੋਂ ਹੈਗੇ ਨੇ ਨੈਟ ਦੇ ਉੱਪਰ ਲਿਖੋ ਮੇਰੀ ਗੱਲ ਤੇ ਭਰੋਸਾ ਕਰਨ ਦੀ ਲੋੜ ਹੀ ਨਹੀਂ ਹੈਗੀ ਨੈਟ ਦੇ ਉੱਪਰ ਲਿਖੋ ਹੈਜ਼ਰਡਸ ਆਫ ਡੈਂਜਰਸ ਆਫ ਕਲੋਰੀਨੇਸ਼ਨ ਹਾਰਟ ਫੇਲ ਹੋ ਜਾਂਦਾ ਹੈ ਬਲੇਡਰ ਦਾ ਕੈਂਸਰ ਹੁੰਦਾ ਹੈ ਯੂਰਿਨ ਬਲੇਡਰ ਦਾ ਕੈਂਸਰ ਹੁੰਦਾ ਹੈ ਗਾਲ ਬਲੇਡਰ ਦਾ ਕੈਂਸਰ ਹੁੰਦਾ ਹੈ ਅਤੜੀਆਂ ਗਲ ਜਾਂਦੀ ਹੈ ਔਰ ਇਹ ਬਲੀਚ ਕਰੋ ਨਾਲ ਤੇ ਤੁਹਾਡੇ ਕਪੜੇ ਦਾ ਰੰਗ ਨਿਕਲ ਜਾਂਦਾ ਹੈ ਉਹ ਤੁਹਾਡੇ ਗੱਟ ਬੈਕਟੀਰੀਆ ਜਿਹੜਾ ਖਾਣਾ ਪਚਾਉਂਦਾ ਉਹ ਬੈਕਟੀਰੀਆ ਸਾਰੇ ਮਰ ਜਾਂਦੇ ਆ ਜਿੰਦਗੀ ਪਰ ਤੁਹਾਨੂੰ ਖਾਣਾ ਨਹੀਂ ਪਚਦਾ ਤੇ ਕਲੋਰੀਨੇਸ਼ਨ ਪਾਣੀ ਦੀ ਕਰਨਾ ਤੇ ਬਹੁਤ ਵੱਡੀ ਗਲਤੀ ਹੈ ਜੀ ਹੁਣੀ ਨਹੀਂ ਚਾਹੀਦੀ ਪਰ ਤੁਸੀਂ ਕਹੋਗੇ ਪਾਣੀ ਸਾਫ਼ ਕਿਦਾਂ ਕਰੀਏ ਮੇਰਾ ਵੀ ਇਹੀ ਸਵਾਲ ਸੀ ਜੀ ਤੁਹਾਨੂੰ ਕਿ ਪਾਣੀ ਫਿਰ ਜੇ ਅਗਰ ਕਲੋਰੀਨ ਨਾਲ ਨਹੀਂ ਸਾਫ਼ ਅਸੀਂ ਕਰਦੇ ਤੇ ਫਿਰ ਪਾਣੀ ਨੂੰ ਸਾਫ਼ ਕਿਵੇਂ ਕਰਕੇ ਪੀਏ ਜ ਸਾਡਾ ਤਾਂ ਪਾਣੀ ਲਗਭਗ ਗੰਦਾ ਹੋ ਚੁੱਕਿਆ ਜੀ ਇਹ ਕੋਈ ਔਖਾ ਕੰਮ ਨਹੀਂ ਹੈਗਾ ਜੀ ਇਹ ਬੜਾ ਸੌਖਾ ਜਿਹਾ ਕੰਮ ਹੈਗਾ ਤੁਸੀਂ ਜਿਹੜੇ ਦੇਸ਼ ਕਲੋਰੀਨੇਸ਼ਨ ਨਹੀਂ ਕਰਦੇ ਜਰ ਉੱਥੇ ਸਰਵੇ ਤੇ ਕਰ ਲਓ ਇਹਨਾ ਵੱਡਾ ਦੇਸ਼ ਹੈ ਸਾਡਾ 137 ਕਰੋੜ ਦਾ ਆਪਾਂ ਅੱਖਾਂ ਖੋਲ ਕੇ ਐ ਨਹੀਂ ਦੇਖ ਸਕਦੇ ਜਿਹੜੇ ਕਲੋਰੀਨੇਸ਼ਨ ਨਹੀਂ ਕਰਦੇ ਉਹ ਦੇਸ਼ ਕਰਦੇ ਕੀ ਹੈ ਮੈਂ ਦੱਸ ਦੇਣਾ ਓਜ਼ੋਨਾਈਜੇਸ਼ਨ ਕਰ ਰਹੀ ਹੈ ਇੱਕ ਵਾਰ ਪlant ਲਾਤਾ ਓਜ਼ੋਨੋ ਦੇ ਚ ਪਾਤੀ ਸਾਰੇ ਟਾਕਸਿਨੋ ਦੀ ਕੀਟਾਣੂ ਮਰ ਜਾਂਦੇ ਨੇ ਆਪਣੇ ਆਪ ਤੇ ਇਹਨੇ ਕਿੰਨਾ ਸੌਖਾ ਜਿਹਾ ਕੰਮ ਹੈ ਕੁਝ ਪਲਾਂਟੇਸ਼ਨ ਕਰਨ ਨਾਲ ਹੋ ਜਾਂਦਾ ਹੈ ਫਟਕਰੀ ਪਹਿਲਾਂ ਪਾਉਂਦੇ ਸੀ ਫਟਕਰੀ ਨਾਲ ਉਹਦੇ 90% 80% ਕੀਟਾਣੂ ਮੁੱਕ ਜਾਂਦੇ ਨੇ ਤੇ ਤੁਸੀਂ ਇਹ ਚੀਜ਼ਾਂ ਕਰਕੇ ਵੇਖੋ ਤੁਸੀਂ ਅੰਧਵਿਸ਼ਵਾਸ ਨਾ ਕਰੋ ਇਹਦੇ ਤੇ ਰਿਸਰਚ ਪੇਪਰ ਹੈ ਕੀ ਹੈ ਔਰ ਰਿਸਰਚ ਪੇਪਰ ਪੜੋ ਤੁਸੀਂ ਜੀ ਜੀ ਤੇ ਫਿਰ ਹੁਣ ਵੱਡਾ ਸਵਾਲ ਇਹ ਹੈ ਜੀ ਕਿ ਵੈਜੀ ਤੁਸੀਂ ਕਹਿ ਰਹੇ ਹੋ ਕਿ ਪਾਣੀ ਦੀ ਮੈਮਰੀ ਹੈ ਪਾਣੀ ਦੀ ਇੰਟੈਲੀਜੈਂਸੀ ਹੈ ਪਾਣੀ ਕੰਪਿਊਟਰ ਨਾਲੋਂ ਜ਼ਿਆਦਾ ਤੇਜ਼ ਹੈ ਪਾਣੀ ਮਨੁੱਖੀ ਸੋਚ ਨਾਲੋਂ ਕਿਤੇ ਅੱਗੇ ਦੀ ਚੀਜ਼ ਹੈ ਤੇ ਫਿਰ ਅਸੀਂ ਇਸ ਤਰ੍ਹਾਂ ਦਾ ਕਿਹੜਾ ਫਾਰਮੂਲਾ ਯੂਜ਼ ਕਰੀਏ ਕਿ ਪਾਣੀ ਸਾਡੀ ਉਮਰ ਵਧਾ ਦੇਵੇ ਪਾਣੀ ਸਾਡੀਆਂ ਬਿਮਾਰੀਆਂ ਖਤਮ ਕਰ ਦੇਵੇ ਬਹੁਤ ਵਧੀਆ ਸਵਾਲ ਹੈ ਪਹਿਲੀ ਗੱਲ ਜਿਹੜਾ ਤੁਹਾਡੇ ਪਲਾਸਟਿਕ ਦੀ ਟੰਕੀਆਂ ਚ ਪਾਇਆ ਵਾ ਪਾਣੀ ਹੈ ਉਹਦੇ ਤੁਸੀਂ ਐਨਜ਼ਾਈਮ ਪਾਓ 1000 ਲੀਟਰ ਦੀ ਟੰਕੀ ਚ 100 ਐਮਐਲ ਐਨਜ਼ਾਈਮ ਪਾ ਦਿਓ ਉਹ ਕੀ ਹੁੰਦਾ ਐਨਜ਼ਾਈਮ ਜਿਹੜਾ ਹੈ ਉਹ ਤੁਹਾਨੂੰ ਵੀਡੀਓ ਮਿਲ ਜਾਏਗਾ ਬਣਾ ਬਣਾਇਆ ਤੁਸੀਂ ਬਣਾਣਾ ਚਾਹੋ ਤੇ 10 ਮਿੰਟ ਦਾ ਇੱਕ ਵੀਡੀਓ 15 ਮਿੰਟ ਦਾ ਹੋਰ ਬਣਾ ਲੈਣਾ ਆਪਾਂ ਐਨਜ਼ਾਈਮ ਬਣਾਉਣਾ ਸਿਖਾ ਦਿਆਂਗੇ ਇੱਕ ਦੁਨੀਆ ਦਾ ਮਿਰਕਲ ਹੈ ਮੈਟੈਲਿਕ ਪੋਇਜ਼ਨ ਮਰਕਰੀ ਆਰਸੈਨਿਕ ਤੱਕ ਉਹਦੇ ਜੋ ਖਤਮ ਹੋ ਜਾਂਦੇ ਪਾਣੀ ਚ ਤੁਸੀਂ ਪਾਣੀ ਚ ਪਾ ਦਿਓ ਪਾਣੀ ਦੇ ਸਾਰੇ ਟਾਕਸਿਸਿਟੀ ਬੁੱਕ ਜਾਊਗਾ ਉਸ ਤੋਂ ਬਾਅਦ ਤੁਸੀਂ ਪਾਣੀ ਨੇਚਰ ਕਿਹਦੇ ਨਾਲ ਚੱਲਦੀ ਐ ਸੂਰਜ ਨਾਲ ਤੁਸੀਂ ਪਾਣੀ ਨੂੰ ਲੈ ਕੇ ਥੋੜੀ देर ਇੱਕ ਘੰਟਾ ਤੁੱਪ 'ਚ ਖੁੱਲਾ ਰੱਖ ਦਿਓ ਟੰਕੀ ਦਾ ਮੂੰਹ ਖੋਲ ਦਿਓ ਕੋਈ ਬਰਤਨ ਚੰਗਾ ਹੋਵੇ ਤੇ ਚੰਗਾ ਹੈ ਕੱਚ ਦਾ ਹੋਵੇ ਤਾਂਬੇ ਦਾ ਹੋਵੇ ਪਿੱਤਲ ਦਾ ਹੋਵੇ ਮਿੱਟੀ ਦਾ ਹੋਵੇ ਉਹਦੇ 'ਚ ਰੱਖ ਦਿਓ ਘੰਟਾ ਤੁੱਪ 'ਚ ਸੂਰਜ ਦੇ ਨਾਲ ਉਹਦੇ 'ਚ ਪਾਣੀ 'ਚ ਜਿਹੜੇ ਹੈ ਮਿਨਰਲਸ ਪੈਦਾ ਹੋਣਗੇ ਵਿਟਾਮਿਨ ਪੈਦਾ ਹੋਏਗਾ એનર્ਜੀ ਪੈਦਾ ਹੋਏਗੀ ਤੁਸੀਂ ਕਹੋਗੇ ਪ੍ਰਮਾਣ ਕੀ ਹੈ ਪ੍ਰਮਾਣ ਇਹ ਹੈ ਕਿ ਤੁਸੀਂ ਆਰੋਦਾ ਪਾਣੀ ਲੈ ਕੇ ਅੱਧਾ ਗਲਾਸ ਇਨਕ ਪਾਣੀ ਇੱਥੇ ਰੱਖ ਲਾਓ ਬਾਕੀ ਪਾਣੀ ਤੁਸੀਂ ਮਿੱਟੀ ਦੇ ਬਰਤਨ 'ਚ ਇੱਕ ਘੰਟਾ ਉਹਦੇ 'ਚ ਰੱਖ ਦਿਓ ਉਸ ਤੋਂ ਬਾਅਦ ਆਰੋ ਦਾ ਪਾਣੀ ਦੋ ਘੁੱਟ ਪੀ ਕੇ ਵੇਖੋ ਜਿਹੜਾ ਮਿੱਟੀ ਦੇ ਬਰਤਨ 'ਚ ਜਾਂ ਤਾਂਬੇ 'ਚ ਜਾਂ ਪਿੱਤਲ 'ਚ ਸੂਰਜ ਦੀ ਰੋਸ਼ਨੀ 'ਚ ਪਾਣੀ ਰੱਖਾ ਪੀ ਕੇ ਦੇਖੋ ਤੁਸੀਂ ਕੀ ਕਹੋਗੇ ਇਹ ਪਾਣੀ 'ਤੇ ਥੋੜਾ ਸਵਾਦ ਹੋ ਗਿਆ ਕੋ ਸਵਾਦ ਕਿਉਂ ਹੋ ਗਿਆ ਉਹ ਸੂਰਜ ਦੀ ਕਿਰਨਾਂ ਨਾਲ ਉਹਦੇ 'ਚ એનર્ਜੀ ਪੈਦਾ ਹੋ ਗਈ ਮਿਨਰਲ ਤੇ ਵਿਟਾਮਿਨ ਪੈਦਾ ਹੋ ਗਏ ਇਹ ਦੋ ਜਾ ਕੰਮ ਇਹ ਅਸੀਂ ਬਹੁਤ ਅੱਛੀ ਤਰ੍ਹਾਂ ਪਿਛਲੇ 15-20 ਸਾਲ ਤੋਂ ਕਰ ਰਹੇ ਹਾਂ ਅਗਲਾ ਕੰਮ ਕੀ ਕਰੋ ਜਿਹੜੇ ਤੁਸੀਂ ਮੰਨਦੇ ਹੋ ਵਾਹਿਗੁਰੂ ਨੂੰ ਮੰਨਦੇ ਹੋ ਸ਼ਿਵ ਨੂੰ ਮੰਨਦੇ ਹੋ ਜਿਸ ਨੂੰ ਮੰਨਦੇ ਹੋ ਤੁਸੀਂ ਉਹ ਪਾਣੀ ਲੈ ਕੇ ਜਿਹੜਾ ਘੰਟਾ ਧੁੱਪ 'ਚ ਰੱਖਾ ਹੈ ਨਾ ਉਹਦੇ ਥੋੜਾ ਜਿਹਾ ਪਾਣੀ ਕੱਢ ਕੇ ਲਾਗ ਰੱਖ ਦਿਓ ਉਹਨੂੰ ਫੈਂਟੋ ਤੇ ਆਪਣਾ ਉਹ ਮੰਤਰ ਬੋਲੋ ਜੋ ਵੀ ਤੁਸੀਂ ਬੋਲਦੇ ਹੋ ਓਮ ਬੋਲੋ ਗਾਇਤਰੀ ਮੰਤਰ ਜਾਂ ਜੋ ਤੁਹਾੜੀ ਅਸਥਾ ਹੈ ਉਹ ਬੋਲੋ ਬੋਲ ਕੇ ਉਸ ਤੋਂ ਬਾਅਦ ਉਸ ਪਾਣੀ ਨੂੰ ਪੀ ਕੇ ਦੇਖੋ ਸਵਾਦ ਹੋਰ ਵਧ ਗਿਆ ਤੇ ਜਿਹੜਾ ਪਾਣੀ ਪਹਿਲਾਂ ਕੱਢ ਕੇ ਰੱਖਿਆ ਬਿਨਾ ਮੰਤਰ ਦੇ 3-4 ਮਿੰਟ ਦਾ ਕੰਮ ਹੈ ਜ਼ਿਆਦਾ ਨਹੀਂ ਉਹ ਪੀ ਕੇ ਦੇਖੋ ਦਾ ਸਵਾਦ ਉਸ ਤੋਂ ਘਟ ਹੈ ਐਦਾ ਮਤਲਬ ਉਹਦੇ ਚ એનર્ਜੀ ਪੈਦਾ ਹੋ ਗਈ 10 ਰੁਪਏ ਲੀਟਰ ਚ ਮਿਲਦਾ ਬਣ ਜਾਂਦਾ ਤੇ ਜੇ ਤੁਸੀਂ ਬਾਜ਼ਾਰੋਂ ਲਾਓਗੇ ਤੇ 700 ਰੁਪਏ ਲੀਟਰ ਮਿਲੂ ਉਹ 10 ਰੁਪਏ ਲੀਟਰ ਦਾ ਬਣਾ ਲਓ ਜੀ ਤੇ ਫਿਰ ਵੈਜੀ ਇੱਕ ਮੇਰਾ ਜਾਂਦੇ ਜਾਂਦੇ ਜਿਹੜਾ ਸਵਾਲ ਇੱਕ ਇਹ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਅਸੀਂ ਦੱਸ ਲੈ ਕਿ ਕਿਹੜੀ ਚੀਜ਼ ਨਾਲ ਪਾਣੀ ਨੂੰ ਅਸੀਂ ਸ਼ੁੱਧ ਕਰ ਸਕਦੇ ਆ ਬਿਮਾਰੀਆਂ ਤੋਂ ਬਚ ਸਕਦੇ ਆ ਤੇ ਕੋਈ ਤੁਹਾਡੇ ਕੋਲ ਇਦਾਂ ਦਾ ਵੀ ਫਾਰਮੂਲਾ ਹੈ ਕਿ ਅਸੀਂ ਪਾਣੀ ਨੂੰ ਉਸ ਢੰਗ ਨਾਲ ਪੀਏ ਤੇ ਸਾਡੀਆਂ ਬਿਮਾਰੀਆਂ ਛੁਮੰਤਰ ਹੋ ਜਾਣ। ਹਾਂ ਪਹਿਲੀ ਗੱਲ ਤੇ ਹੈ ਵੀ ਜੀ ਕਿ ਤੁਸੀਂ ਪਿੱਤਲ ਦੇ ਬਰਤਨ 'ਚ ਜਾਂ ਤਾਂਬੇ ਦੇ ਬਰਤਨ 'ਚ ਪਾਣੀ ਰੱਖੋ। ਜਿਹੜਾ ਸ਼ਨੀਵਾਰ ਰਾਤੀ ਹੈ ਉਹ ਤਾਂਬੇ 'ਚ ਪਾਣੀ ਨਾ ਰੱਖਣਾ ਉਹ ਮਿੱਟੀ 'ਚ ਰੱਖ ਲੈਣਾ ਜਾਂ ਪਿੱਤਲ 'ਚ ਰੱਖ ਲੈਣਾ। ਪਿੱਤਲ 'ਚ ਤਾਂਬੇ ਤੋਂ 2 ਘੰਟੇ ਫालतू ਲੱਗਦੇ ਨੇ। ਨੰਬਰ 2 ਤੁਹਾਡੇ ਕੋਲ ਮਿੱਟੀ ਦਾ ਕੜਾ ਜਾਂ ਕੋਈ ਹੋਰ ਬਰਤਨ ਹੈ ਇੱਕ ਐਨਾ ਟੁਕੜਾ ਤਾਂਬੇ ਦਾ ਉਹਦੇ 'ਚ ਪਾ ਦਿਓ। ਇਤਵਾਰ ਨੂੰ ਛੱਡ ਕੇ ਤਾਂ ਪਿਓਰ ਹੋ ਜਾਊ ਬਾਕੀ ਦੁਨੀਆ ਤੋਂ ਸਾਰੇ ਤੋਂ ਵੱਡੀ ਚੀਜ਼ ਜਿਹੜੀ ਹੈ ਪਾਣੀ ਨੂੰ ਪਿਓਰ ਕਰਨ ਦੀ ਤੁਹਾਡੇ ਕੋਲ ਸੁਆਂਝਣਾ ਹੈਗਾ ਹੈ ਨਾ ਉਹ ਦੇਸੀ ਸੁਆਂਝਣਾ ਡਰਮ ਸਟਿਕ ਤਿਕੋਣੀ ਜਿਹੜੀ ਹੁੰਦੀ ਆ ਹਾਈਬ੍ਰਿਡ ਨਹੀਂ ਚਾਹੀਦਾ ਸਾਲ ਚ ਦੋ ਵਾਰ ਫਲਣ ਵਾਲਾ ਉਹ ਤੋਂ ਜੀਐਮ ਹੈਗਾ ਉਹ ਨਹੀਂ ਚਾਹੀਦਾ ਦੇਸੀ ਸੋ ਆਂਜਣਾ ਉਹਦੇ ਚਾਰ ਬੀਜ ਪਾ ਦਿਓ ਬੁਰੇ ਤੋਂ ਬੁਰਾ ਪਾਣੀ ਦੋ ਘੰਟੇ ਚ ਤੁਹਾਡਾ ਬਿਲਕੁਲ ਪਿਓਰ ਹੋ ਜਾਏਗਾ ਬੜਾ ਸਵਾਦ ਹੋ ਜਾਏਗਾ ਕਿੰਨਾ ਸੌਖਾ ਕੰਮ ਐ ਬਾਕੀ ਧੁੱਪ ਦਾ ਇਸਤੇਮਾਲ ਕਰ ਲਓ ਮੰਤਰ ਦਾ ਇਸਤੇਮਾਲ ਕਰ ਲਓ ਜੇ ਤੁਹਾਡਾ ਵਿਸ਼ਵਾਸ ਬਣੇ ਹੋਰ એનર્ਜੀ ਵੱਧ ਜਾਊ ਬਾਕੀ ਪੋਜ਼ਿਟਿਵ ਸੋਚ ਦੇ ਨਾਲ ਪਾਣੀ ਪੀਓ ਰੋਟੀ ਖਾਓ ਤੇ ਪੋਜ਼ਿਟਿਵ ਸੋਚ ਦੇ ਨਾਲ ਪਲਾਸਟਿਕ ਦੀ ਟੰਕੀਆਂ ਹਣ ਅੱਗੇ ਤੋਂ ਨਾ ਬਣਾਇਓ ਸੀਮਿੰਟ ਦੀ ਟੰਕੀ ਬਣਾਓ ਬਣਾਉਣ ਤੋਂ ਬਾਅਦ ਪਲਾਸਟਰ ਕਰਨ ਤੋਂ ਬਾਅਦ ਉਹ ਦੇ ਉੱਪਰ 24 ਘੰਟੇ ਦੇ ਅੰਦਰ ਚੂਨੇ ਦੀ ਪੁਤਾਈ ਕਰ ਦਿਓ ਉਹ ਚੂਨੇ ਦੀ ਪੁਤਾਈ ਨਾਲ ਤੁਹਾਡੀ ਟੰਕੀ ਜਿਹੜੀ ਹੈ ਉਹ 50 ਸਾਲ ਦੇ ਬਜਾਏ 500 ਸਾਲ ਚਲੇਗੀ ਸੀਮਿੰਟ ਦੀ ਲਾਈਫ ਚੂਨਾ ਬਦੰਦਾ ਤੁਸੀਂ ਭੁੱਲਦੇ ਕਾ ਨੂੰ ਜਿੰਨੇ ਚੂਨੇ ਦੇ ਬਣੇ ਕਿਲੇ ਨੇ ਉਹ ਸਾਰੇ 5 500000 ਹਜ਼ਾਰ ਹਜ਼ਾਰ ਸਾਲ ਤੋਂ ਲਾਲ ਕਿਲਾ ਹਜ਼ਾਰਾਂ ਸਾਲ ਤੋਂ ਖੜਾ ਹੈ ਲਾਲੀ ਤੇ ਚੂਨੇ ਦਾ ਕਬਾਲ ਹੈ ਤੁਸੀਂ ਬ੍ਰਿਜ ਬਣਾਈ ਜਾਂਦੇ ਹੋ ਲੋਹੇ ਤੇ ਸੀਮਿੰਟ ਦੇ ਉਹ ਸਾਡੇ 30 ਸਾਲ ਨਹੀਂ ਚੱਲਨੇ ਤੇ ਤੁਸੀਂ ਆਪਣੇ ਉਹਦੇ ਚੂਨੇ ਦੀ ਪੁਤਾਈ ਕਰੋ ਤੁਹਾਡਾ ਪਾਣੀ ਪਿਓਰ ਹੋ ਜਾਊ ਸਵਾਦ ਹੋ ਜਾਊ ਕੈਲਸ਼ੀਅਮ ਤੁਹਾਨੂੰ ਬਹੁਤ ਮਿਲੇਗਾ ਤੇ ਤੁਹਾਡੀ ਟੰਕੀ ਵੀ ਮਜ਼ਬੂਤ ਹੋ ਜਾਊ ਪਰ ਇਹ ਧਿਆਨ ਰੱਖਿਓ ਲੋਹੇ ਦਾ ਤੇ ਚੂਨੇ ਦੀ ਦੁਸ਼ਮਣੀ ਹੈ ਜੇ ਉਹਦੇ ਚ ਲੋਹਾ ਲਾਇਆ ਹੈ ਦੀਵਾਰਾਂ ਚ ਤਾਂ ਫਿਰ ਚੂਨਾ ਨਹੀਂ ਲਾ ਸਕਦੇ ਤੁਸੀਂ ਉਹਦੇ ਚ ਜੇ ਚੂਨਾ ਬਾਅਦ ਚ ਕਰੋਗੇ ਤਾਂ 2-4 ਮਹੀਨੇ ਬਾਅਦ ਦੁਬਾਰਾ ਕਰਨਾ ਪਏਗਾ ਗਿੱਲੇ ਸਿਮਿੰਟ ਤੇ ਕਰਦੇ ਹੋਗੇ ਨਾ 24 ਘੰਟੇ ਦੇ ਅੰਦਰ ਅੰਦਰ ਕਿਉਂ ਕਦੇ ਨਹੀਂ ਲਾਥਣਾ ਪਿਆ ਹਾਂਜੀ ਹੋ ਗਿਆ ਇਕਨ ਜੀ ਸਭ ਨੂੰ ਇਹ ਸ਼ਿਕਾਇਤ ਹੋਈ ਹੈ ਕਿ ਵੈਦ ਰਾਜੇਸ਼ ਕਪੂਰ ਜੀ ਨੇ ਆਪਣਾ ਨੰਬਰ ਨਹੀਂ ਦਿੱਤਾ ਤੇ ਨਾ ਉਹ ਗੱਲ ਕਰਦੇ ਨੇ ਤੇ ਫਿਰ ਵੀਡੀਓ ਬਣਾਉਣ ਦਾ ਕੀ ਫਾਇਦਾ ਦੇਖੋ ਤੁਹਾਡੀ ਗੱਲ ਜਾਇਜ਼ ਤੇ ਹੈ ਪਰ ਤੁਸੀਂ ਮੇਰੇ ਇੱਕ ਪ੍ਰੈਕਟੀਕਲ ਸਮੱਸਿਆ ਸਮਝੋ ਨਾ ਲੱਖਾਂ ਫੋਨ ਆਣਗੇ ਲੱਖਾਂ ਲੋਕ ਇਲਾਜ ਕਰਾਣ ਆਣਗੇ ਮੈਂ ਇੰਨੇ ਲੋਕਾਂ ਦਾ ਇਲਾਜ ਨਹੀਂ ਕਰ ਸਕਦਾ ਮੈਂ ਇਹ ਫੋਨ ਨਹੀਂ ਸੁਣ ਸਕਦਾ ਮੇਰੇ ਕੋਲ ਐਨਾ ਇਨਫਰਾਸਟ੍ਰਕਚਰ ਨਹੀਂ ਹੈਗਾ ਮੈਂ ਤੇ ਤੁਹਾਨੂੰ ਕਹਿੰਦਾ ਤੁਸੀਂ ਫਾਰੂਕੀ ਜੀ ਨਾਲ ਮਿਲ ਕੇ ਆਪਣਾ ਕੈਂਪ ਲਾਓ ਅਸੀਂ ਇਲਾਜ ਨਹੀਂ ਕਰਾਂਗੇ ਇਲਾਜ ਕਰਨਾ ਸਿਖਾ ਦੇਾਂਗੇ ਅਸੀਂ ਤੁਹਾਡੇ ਕੋਲ ਆਵਾਂਗੇ ਤੁਸੀਂ ਮੇਰੇ ਕੋਲ ਕਾਹਨੂੰ ਆਂਦੇ ਹੋ ਇੰਨੇ ਲੋਕਾਂ ਨੂੰ ਮੈਂ ਅਟੈਂਡ ਹੀ ਨਹੀਂ ਕਰ ਪਾਵਾਂਗਾ ਮੇਕ ਦਿਨ ਚ ਇੱਕ ਜਾਂ ਦੋ ਮਰੀਜ਼ ਦੇਖ ਸਕਣਾ ਤੇ ਤੁਸੀਂ ਤੇ ਹਜ਼ਾਰੋਂ ਨਹੀਂ ਲੱਖਾਂ ਆਏਗੇ ਉਹ ਜ਼ਰੂਰਤਮੰਦ ਤੇ ਤੁਹਾਨੂੰ ਮੈਂ ਕਿੰਨੀ ਸੋਹਣੀ ਆਫਰ ਦੇ ਰਿਹਾ ਤੁਸੀਂ ਕੈਂਪ ਲਾਓ ਉਹ ਕੈਂਪ ਚ ਆ ਕੇ ਅਸੀਂ ਤੁਹਾਨੂੰ ਸਿਖਾ ਦੇਾਂਗੇ ਉਹੀ ਮੇਰਾ ਇੱਕ ਬੇਨਤੀ ਹੈਗੀ ਹੈ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ। ਅੱਛਾ ਜੀ ਤੁਹਾਡਾ ਵੀ ਬੜਾ ਬੜਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਬੜਾ ਅੱਛਾ ਮਿਸ਼ਨ ਲੈ ਕੇ ਚੱਲੇ ਹੋ। ਸਾਡੇ ਵਰਗੇ ਜਿਹੜੇ ਵਿਰਾਸਤ ਤੋਂ ਜੁੜੇ ਲੋਕ ਨੇ ਉਹਨਾਂ ਨੂੰ ਤੁਸੀਂ ਆਵਾਜ਼ ਦੇ ਰਹੇ ਹੋ, ਸਾਨੂੰ ਮੰਚ ਦੇ ਰਹੇ ਹੋ। ਸਾਡੀ ਗੱਲ ਜ਼ਿਆਦਾ ਲੋਕਾਂ ਤੱਕ ਪਹੁੰਚ ਰਹੀ ਹੈ ਤੁਹਾਡੇ। ਤੁਸੀਂ ਵਧਾਈ ਦੇ ਪਾਤਰ ਹੋ। ਜੀ ਬਹੁਤ ਬਹੁਤ ਸ਼ੁਕਰੀਆ ਬាទ ਜੀ। ਸੋ ਇਹ ਸਾਨੂੰ ਵੈਦ ਰਾਜੇਸ਼ ਕਪੂਰ ਜਿਨ੍ਹਾਂ ਨੇ ਅੱਜ ਪਾਣੀ ਦੇ ਉੱਤੇ ਲਾਈਵ ਐਕਸਪੈਰੀਮੈਂਟ ਕਰਕੇ ਤੁਹਾਨੂੰ ਦਿਖਾਇਆ ਕਿ ਪਾਣੀ ਕਿਵੇਂ ਜ਼ਿੰਦਗੀ ਬਰਬਾਦ ਕਰ ਸਕਦਾ ਹੈ ਔਰ ਕਿਵੇਂ ਜਿਹੜਾ ਉਮਰ ਵਧਾ ਸਕਦਾ ਹੈ ਕਿਸ ਤਰੀਕੇ ਨਾਲ ਅਸੀਂ ਪਾਣੀ ਦੀ ਸਹੀ ਵਰਤੋਂ ਜੇਕਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਰਦੇ ਹਾਂ ਤਾਂ ਲਗਭਗ ਹਰ ਬਿਮਾਰੀ ਤੋਂ ਉਹਨਾਂ ਦਾ ਕਹਿਣਾ ਹੈ ਕਿ ਬਚਾ ਜਿਹੜਾ ਉਹ ਕੀਤਾ ਜਾ ਸਕਦਾ ਹੈ ਫਿਲਹਾਲ ਇਹ ਗੱਲਬਾਤ ਮੈਨੂੰ ਇੱਥੇ ਹੀ ਖਤਮ ਕਰਨ ਦੀ ਦਿਵਾ ਗਿਆ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਇਸ ਗੱਲਬਾਤ ਪ੍ਰਤੀ ਕੋਈ ਉਜਾਗਰ ਹੁੰਦਾ ਹੈ ਤਾਂ ਤੁਸੀਂ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਆਪਣਾ ਕਮੈਂਟ ਛੱਡ ਦਿਓ ਅਸੀਂ ਕੋਸ਼ਿਸ਼ ਕਰਾਂਗੇ ਅਗਲੀ ਵਾਰ ਉਸ ਕਮੈਂਟ ਨੂੰ ਆਪਣੀ ਗੱਲਬਾਤ ਦਾ ਹਿੱਸਾ ਬਣਾਈਏ ਧੰਨਵਾਦ